नमस्कार अदाब प्यार सत्कार ते सत श्री अकाल। मैं हां जी तुहाडा अपना गुरजीत सिंह ते ए है सुरताल वाली अत वॉइस ऑफ पंजाब सीजन 7 ते साडे शो दे को प्रेजेंटर ने जी सिबाका वेद शक्ति एंड पॉन्ड्स पावर्ड बाय न्यूट्री प्राइड रिफाइंड सोयाबीन ऑयल एंड गोदरेज नंबर 1 ते एसोसिएट स्पॉन्सर ने जी प्रीच ट्रैक्टर्स अते कंबाइन जॉली वासीर एंड एयरटेल। दोस्तों जिदा कि तुसी जानदे हो कि चल रहे ने सैमीफाइनल्स ते अज जी सैमीफाइनल दा दूसरा गैगच महामुकाबला ते नाल दी नाल मैं तुहानू इह दस दियां कि इस मुकाबले नू ओही कंटेस्टेंट जित सकेगा जी जिदे विच वर्सटाइल सिंगिंग होएगी, यानी कि सैमीफाइनल जिहड़ा राउंड है इहदे विच वख-वख रंग साडे कंटेस्टेंट्स दे देखण नू मिलणगे ते इस वर्सटैलिटी नू चैक करन दे लई परखण दे लई हमेशा दी तरह साडे तैयार बर तैयार जजेस मौजूद ने जी। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜੀ ਆਇਆਂ ਨੂੰ, ਕਲੇਰ ਭਾਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਗੁਰਜੀਤ ਜੀ, ਗੁਰਮੀਤ ਭਾਜੀ ਸਤਿ ਸ਼੍ਰੀ ਅਕਾਲ, ਗੁਰਜੀਤ ਭਾਜੀ ਸਤਿ ਸ਼੍ਰੀ ਅਕਾਲ ਜੀ, ਤੇ ਸਤਿ ਸ਼੍ਰੀ ਅਕਾਲ ਸਲੀਮ ਭਾਜੀ, ਸਤਿ ਸ਼੍ਰੀ ਅਕਾਲ ਗੁਰਜੀਤ ਜੀ। ਤੇ ਦੋਸਤੋ ਟਿਪ ਟੌਪ ਬਣ ਕੇ ਸਾਡੇ ਕਿੱਟੂ ਭਾਜੀ ਵੀ ਪਹੁੰਚੇ ਹੋਏ ਨੇ ਜੀ ਵਿਆਹ ਇਸ ਮਾਹੌਲ ਦੇ ਵਿੱਚ। ਭਾਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਗੁਰਜੀਤ ਜੀ, ਤੁਹਾਨੂੰ ਵੀ ਤੇ ਪੀਟੀਸੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਪੀਟੀਸੀ ਦੇ ਵਿਹੜੇ 'ਚ ਵਿਆਹ ਵਾਲੀਆਂ ਖੁਸ਼ੀਆਂ ਨੇ, ਤੁਹਾਨੂੰ ਸਾਰਿਆਂ ਨੂੰ ਸੱਦਾ ਆਓ, ਮਿਲ ਕੇ ਆਪਾਂ ਨੱਚਾਂ ਗਾਵਾਂਗੇ ਫਿਰ ਅੱਜ। ਬਿਲਕੁਲ ਜੀ ਬਿਲਕੁਲ। ਤੇ ਮਿੱਤਰੋ ਫਿਰ ਵਿਆਹ ਵਾਲੇ ਗੀਤਾਂ ਦਾ ਅੱਜ ਮੁਕਾਬਲਾ ਹੈਗਾ, ਤਾਂ ਫਿਰ ਸੱਦਾ ਦਈਏ ਜੀ ਸਾਡੇ 10 ਸੈਮੀਫਾਈਨਲਿਸਟ ਨੂੰ, ਜ਼ੋਰਦਾਰ ਤਾੜੀਆਂ ਜੀ ਉਹਨਾਂ ਲਈ। ਸਤਿ ਸ਼੍ਰੀ ਅਕਾਲ ਜਜੀਸ, ਸਤਿ ਸ਼੍ਰੀ ਅਕਾਲ ਯੰਗਵੀਰ, ਤੂੰ ਤਾਂ ਬੱਚਿਆਂ ਨੂੰ ਲੈ ਕੇ ਆਉਣਾ ਹੁੰਦਾ, ਤੂੰ ਇਕੱਲਾ ਹੀ ਆ ਗਿਆ, ਕੀ ਹੋਇਆ? ਅੱਜ ਭਾਜੀ ਮੈਂ ਇਕੱਲਾ ਇਸ ਕਰਕੇ ਆਇਆ, ਹਾਂ, ਕਿਉਂਕਿ ਅੱਜ ਮੈਂ ਤੁਹਾਨੂੰ ਇੱਕ ਖਾਸ ਚੀਜ਼ ਦਿਖਾਉਣੀ ਆ, ਤੁਹਾਨੂੰ ਵੀ ਤੁਹਾਨੂੰ ਸਾਰਿਆਂ ਨੂੰ। ਅੱਛਾ ਅੱਛਾ, ਹਾਂਜੀ, ਤੇ ਉਸ ਚੀਜ਼ ਨੂੰ ਭਾਜੀ ਕਹਿੰਦੇ ਆ ਜੀ ਟ੍ਰਾਂਸਫਾਰਮੇਸ਼ਨ। ਹੈਲੋ, ਰੀਲੀ? ਦਿਖਾ ਦਈਏ ਫਿਰ। ਇਹ ਦੱਸ ਟ੍ਰਾਂਸਫਾਰਮੇਸ਼ਨ ਤਾਂ ਠੀਕ ਹੈ, ਪਰ ਕਹਿਣਾ ਕੀ ਚਾਹੁੰਦਾ, ਕਲੀਅਰਲੀ ਦੱਸ ਭਾਜੀ। ਕਹਿਣਾ ਗੁਣਾ ਮੈਂ ਕੁਛ ਨਹੀਂ, ਤੁਸੀਂ ਸਭ ਕੁਛ ਆਪ ਹੀ ਵੇਖ ਲਓ। ਆ ਜਾਓ। ਅੱਛਾ, ਹਾਂਜੀ, ਯੰਗਵੀਰ ਸਿਆਹ ਦਾ ਕਮਾਲ ਹੋ ਗਈ ਯਾਰ, ਟਿਪ ਟੌਪ ਬਣੀ ਫਿਰਦੇ ਸਾਰੇ ਜਣੇ। ਕਮਾਲ ਤਾਂ ਹੋ ਹੀ ਗਈ ਹੈ, ਫਿਰ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰ ਦਈਏ ਸਾਰਿਆਂ ਦਾ। ਆਹਾ, ਬਿਲਕੁਲ ਆਣ ਦੇ। ਵਾਹ ਜੀ ਵਾਹ, ਬਹੁਤ ਸੋਹਣੇ ਲੱਗ ਰਹੇ ਆ, ਅਤੇ ਡਿਫਰੈਂਟ ਲੁੱਕ ਲੱਗ ਰਹੀ ਆ ਸਾਰਿਆਂ ਦੀ। ਅਤੇ ਮੈਂ ਦੱਸ ਦਿਆਂ ਕਿ ਇਹਨਾਂ ਦੇ ਲੁੱਕਸ ਚੇਂਜ ਕੀਤੀਆਂ ਨੇ ਜੀ ਇਮਰਾਨ ਖਾਨ ਐਂਡ ਰਵੀ ਬਹਾਟੀਆ, ਯੂਨੀਕ ਲੁੱਕਸ ਸੈਕਟਰ 50 ਨੋਇਡਾ ਵੱਲੋਂ। ਜ਼ੋਰਦਾਰ ਤਾੜੀਆਂ ਜੀ ਉਹਨਾਂ ਲਈ। ਸੋ ਆਓ ਜੀ ਸਾਰੇ ਜਣੇ ਸੱਜ ਸੱਜ ਕੇ ਆਏ ਹੋ, ਤਾਂ ਆਪਣੀ ਸੀਟਾਂ 'ਤੇ ਬੈਠੋ ਜੀ, ਅਤੇ ਆਪਾਂ ਫਿਰ ਹੌਲੀ ਹੌਲੀ ਮੁਕਾਬਲਾ ਅੱਗੇ ਸ਼ੁਰੂ ਕਰਦੇ ਹਾਂ। ਅੱਛਾ, ਮੈਂ ਵੀ ਛੋਟੇ ਫਿਰ ਭੰਗੜੇ ਪਾਉਣ ਲਈ ਤਿਆਰ ਹਾਂ। ਹਾਂ, ਪੂਰਾ ਪੂਰਾ ਤਿਆਰ ਹਾਂ ਭਾਜੀ। ਤੇ ਮੈਂ ਕਿਹਾ ਜੀ ਫਿਰ ਵਿਆਹ ਦਾ ਮਾਹੌਲ ਹੋਵੇ ਤੇ ਸਾਨੂੰ ਗੋਡੇ ਗੋਡੇ ਚਾਹ ਹੋਵੇ, ਤੇ ਵਿੱਚ ਆ ਜਾਣ ਜੇ ਕਿਤੇ ਲੈਂਬਰ ਹੁਸੈਨਪੁਰੀ ਭਾਜੀ, ਤੇ ਹੋ ਜੇ ਸਭ ਦਾ ਚਿੱਤ ਫਿਰ ਰਾਜ਼ੀ। ਜ਼ੋਰਦਾਰ ਤਾੜੀਆਂ ਜੀ, ਪਹੁੰਚ ਰਹੇ ਨੇ ਲੈਂਬਰ ਹੁਸੈਨਪੁਰੀ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵੌਇਸ ਆਫ ਪੰਜਾਬ PTC 7 ਸਾਡੇ ਬੱਚੇ ਬਹੁਤ ਅੱਛਾ ਗਾਉਂਦੇ ਆ, ਸੋ ਇਹਨਾਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ। ਗੋਡ ਬਲੈਸ ਯੂ, ਜਿਉਂਦੇ ਵੱਸਦੇ ਰਹੋ, ਤਰੱਕੀਆਂ ਕਰੋ। ਸਾਡੇ ਕਿੱਟੂ ਭਾਜੀ, ਸਾਡੇ ਗੁਰੂਆਂ ਸਮਾਨ, ਸਾਡਾ ਵੱਡਾ ਵੀਰ ਗੁਰਮੀਤ ਭਾਜੀ, ਸਲੀਮ ਸਾਹਿਬ, ਕਲੇਰ ਸਾਹਿਬ, ਔਰ ਸਾਡੇ ਮੈਜੀਸ਼ੀਅਨ ਸਾਹਿਬਾਨ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਗੀਤ ਰੌਣਕਾਂ ਸ਼ੁਰੂ ਕਰ ਰਿਹਾ ਜੀ। ਉਹ ਕੁੜੀਆਂ ਦੇ ਵਿੱਚ ਫਿਰ ਹੱਸਦੀ ਖੇਡਦੀ, ਉਹ ਕੁੜੀਆਂ ਦੇ ਵਿੱਚ ਫਿਰ ਹੱਸਦੀ ਖੇਡਦੀ, ਉਹ ਚੱਕਰ
ਕਾਕੇ ਜਿੱਦਾਂ ਕਿ ਵਿਆਹ ਵਿੱਚ ਅੱਜ ਆਪਣਾ ਵਿਹੜੇ ਵਿੱਚ ਵਿਆਹ ਵਾਲਾ ਮਾਹੌਲ ਹੈ ਤੇ ਵਿਆਹ ਦੇ ਵਿੱਚ ਬਹੁਤ ਸਾਰੇ ਕੰਮ ਵੀ ਹੁੰਦੇ ਨੇ ਹਾਂਜੀ ਤੇ ਫਿਰ ਤੂੰ ਇੱਕ ਵਧੀਆ ਜਿਹਾ ਕੰਮ ਕਰ ਹਾਂਜੀ ਤੂੰ ਪਿੱਛੇ ਚੱਲ ਮੰਜੇ ਮੁੰਜੇ ਲੈ ਕੇ ਆਉਣੇ ਆਪਾਂ ਨੇ ਰਾਤ ਦਾ ਇੰਤਜ਼ਾਮ ਕਰਨਾ ਪ੍ਰੋਗਰਾਮ ਤੋਂ ਬਾਅਦ ਸੋਣਾ ਵੀ ਹੁੰਦਾ ਸਾਰਿਆਂ ਨੇ ਕਿ ਨਹੀਂ ਚੱਲ ਫਿਰ ਮੰਜੇ ਮੁੰਜੇ ਇਕੱਠੇ ਕਰ ਮੰਜੇ ਦਰੀਆਂ ਇਕੱਠੀਆਂ ਕਰਕੇ ਆਵੇ ਨਾ ਆਹ ਬਿਲਕੁਲ ਓਕੇ ਜੀ ਲੱਡੂ ਵੱਟਣ 'ਤੇ ਰੱਖਿਆ ਮੈਨੂੰ ਤੇ ਲਓ ਜੀ ਛੋਟੇ ਨੂੰ ਆਪਾਂ ਭੇਜ ਦਿੱਤਾ ਤੇ ਹੁਣ ਮੁਕਾਬਲਾ ਸ਼ੁਰੂ ਕਰਦੇ ਹਾਂ ਵੈਡਿੰਗ ਸੌਂਗਸ ਰਾਊਂਡ ਹੈਗਾ ਤੇ ਇਹਦੇ ਨਾਲ ਨਾਲ ਦੱਸਦਾ ਕਿ ਅੱਜ ਇੱਕ ਜਣੇ ਦੀ ਐਲੀਮੀਨੇਸ਼ਨ ਵੀ ਹੋਏਗੀ ਘਰ ਵਾਪਸੀ ਹੋਏਗੀ ਸੋ ਫਿਲਹਾਲ ਸੱਦਾ ਦਿੰਦਾ ਜੀ ਪਹਿਲੇ ਕੰਟੈਸਟੈਂਟ ਨੂੰ ਜ਼ੋਰਦਾਰ ਤਾੜੀਆਂ ਹਿੰਮਤ ਸਿੰਘ ਲਈ ਟੌਰਾਂ ਹੀ ਵੱਖਰੀਆਂ ਨੇ ਅੱਜ ਹੈ ਲਾਲ ਰੰਗ ਦੇ ਬੂਟ ਤੇ ਮੈਚਿੰਗ ਪੱਗ ਤੇ ਸ਼ਰਟ ਸੋ ਕਿਹੜਾ ਵੈਡਿੰਗ ਸੌਂਗ ਗਾ ਰਹੇ ਹੋ ਗੋਡੇ ਗੋਡੇ ਚਾਹ ਮਲਕੀਤ ਸਿੰਘ ਭਾਈ ਦਾ ਆਹਾ ਹਾ ਕੀ ਬਾਤ ਹੈ ਵੀਰੇ ਆਲ ਦਾ ਵੈਰੀ ਬੈਸਟ ਥੈਂਕ ਯੂ ਭਾਈ ਇੱਕ ਵਾਰ ਤਾੜੀਆਂ ਖਿੱਚ ਕੇ ਜਮਾ
बह जा सी कराती ओ चाचे दे नाल नचती चाची बह जा सी कराती खुशियां दा अज वेला आया जी पहले वैडिंग सोंग नाल शुरुआत करते हिम्मत सिंह ने ते हुण तुसी कमेंट्स की शुरुआत करनी आ पर अज T20 होएगा जी मतलब 20 सैकेंड्स दे भी तुसी कमेंट देने जी अपने ते क्लियर भाजी तुहाडे तो शुरुआत करदे आ 20 सैकेंड्स का टाइम होगा तो उहदे विच विच कंप्लीट करना जी भंगड़े सारे ने पाउणे अज तां करके हिम्मत सिंह हाँ जी सर बहुत चंगा गाया यार बहुत अच्छा गाया थैंक यू आज जो बिल्कुल विआह दा माहौल लगदा सीगा एनर्जी फुल सी ठीक है इदा लगता सानू सारे इदा लगता सी असीं विआह दे माहौल च आ गए पर एक अंतरा जो शुरू करते सी ना तुसीं उहदी पहली लाइन थोड़ी बसूरी हुंदी सी बाकी सारा गाना ठीक सी इंजॉय कीता वधिया लगा गुड लक गॉड ब्लेस आए क्या बात है भाजी पूरे टाइम टू टाइम गुरमीत भाजी रिपोर्ट कार्ड इन जस्ट 20 सैकेंड्स एंड हियर वी गो हिम्मत सिंह बहुत वधिया एनर्जी वेरी गुड पर माइक दा ध्यान रख्या करो माइक नू माइक दे नाल ही सारा कुछ बीट सॉन्ग दा मतलब बीट टू बीट ठीक है ना वधिया गाया इंजॉय किया सारे ने एनर्जी वेरी गुड खत्म थैंक यू सर सलीम भाजी हाँ जी कोरस बहुत अच्छा से गॉड ब्लेस खुश रहो तुसी सारे हिम्मत सिंह मैनू परफॉर्मेंस ठीक ठीक लगी मैनू इन्ना अच्छा नहीं लगा गाना सुर ची रह के गाया करो सुर तो बिना कोई भी चीज़ नहीं हाँ जी मेहरबानी शुक्रिया लैम्बर हुसैनपुरी जी थानू चिंता करन दी लोड़ नहीं हैगी 20 सैकेंड का टाइम साडे जजिस लई सीगा तुसी दसो जी खुल के दसो जी हिम्मत साहब हाँ जी सर ए गाने ब्याहां शादियां दे जिहड़े ओह इदां ही हुंदे आ पर सलीम साडा क्योंकि बहुत अच्छा गवैया है साडा वीर आ ए बच्चा आपां नूं आशीर्वाद देना भी ए बुलंदियां ते जाण बच्चे सारे ते बहुत अच्छा तू परफॉर्मेंस कीता बहुत बहुत सुपर वैडिंग दे शो मिलते जो असं भी इदा ही होंगे क्योंकि भंगड़ा पवाने चाहिए लोग इंजॉय करना चाहिए टेंशन ना लोग भरे आ इंजॉय करना चाहिए गॉड ब्लैस यू थैंक यू सर थैंक यू भाजी किट भाजी देखो जी मुंडे दे मेंटर नू गोडे गोडे चा स्वाद आ गया भी थैंक यू सर मज़ा आ गया सिरा लाता बस आही को चाहिए पंजाब की जी ऑडियंस है ना उन्होंने आही को चाहिए बाकी यह जे गाने सुर चढ़ जाता उतर जाता परवाह नहीं करनी टेंशन नहीं लैनी वधिया शाबाश चक लो जी किट्टू भाजी का गोडे गोडे चाहेगा जोरदार ताड़ियां जी थैंक यू लो जी हिम्मत सिंह नूं तां गोडे गोडे चाए अज वैडिंग सोंग्स मुकाबले दे विच ते बाकी दे कंटेस्टेंट्स नूं किन्ना खचाव होएगा जी ते मैं बस इन्ने कहूंगा हले तां हिम्मत सिंह ने करी आ कमाल ते तुसी देखी जाओ अगे अगे किद्दां पैणी आ धमाल पर बेलियो वेला इक प्यारी जी ब्रेक दा हो गया तां इस वार हां जी रल के आपां लवांगे कह दो जी मिलदे आ ब्रेक तों बाद ਮੈਂ ਕਿਹਾ ਜੀ ਵੈਲਕਮ ਬੈਕ ਹੈ ਤੇ ਮੰਚ ਸਾਡਾ ਸੁਰਤਾਲ ਨਾਲ ਪੈਕ ਹੈ ਤੇ ਹੈ ਸੁਰਤਾਲ ਵਾਲੀ ਅੱਤ ਵੌਇਸ ਆਫ ਪੰਜਾਬ ਸੀਜ਼ਨ 7 ਤੇ ਸਾਡੇ ਸ਼ੋਅ ਦੇ ਕੋ ਪ੍ਰੈਜੈਂਟਰ ਨੇ ਜੀ ਸਿਬਾਕਾ ਵੇਦ ਸ਼ਕਤੀ ਐਂਡ ਪੌਂਡਸ ਪਾਵਰਡ ਬਾਈ ਨਿਊਟਰੀ ਪ੍ਰਾਈਡ ਰਿਫਾਈਂਡ ਸੋਇਆਬੀਨ ਆਇਲ ਐਂਡ ਗੋਦਰੇਜ ਨੰਬਰ 1 ਤੇ ਐਸੋਸੀਏਟ ਸਪੌਂਸਰਸ ਨੇ ਜੀ ਪ੍ਰੀਤ ਟਰੈਕਟਰਸ ਅਤੇ ਕੰਬਾਈਨ ਜੌਲੀ ਵਾਸੀਰ ਐਂਡ ਏਅਰਟੈਲ ਅਤੇ ਬੇਲੀਓ ਅੱਜ ਸਾਡੇ ਮੰਚ 'ਤੇ ਵਿਆਹ ਵਰਗੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਕਿਉਂਕਿ ਵੈਡਿੰਗ ਸੌਂਗਸ ਰਾਊਂਡ ਚੱਲ ਰਿਹਾ ਅਤੇ ਪਹਿਲੇ ਕੰਟੈਸਟੈਂਟ ਯਾਨੀ ਕਿ ਹਿੰਮਤ ਸਿੰਘ ਨੇ ਤਾਂ ਗੋਡੇ ਗੋਡੇ ਚਾਹ ਵਾਲੀ ਆਪਣੀ ਜਿਹੜੀ ਦਾਅਵੇਦਾਰੀ ਸੀ ਉਹ ਪੇਸ਼ ਕਰ ਦਿੱਤੀ ਹੈ ਅਤੇ ਵਾਰੀ ਹੁਣ ਦੂਸਰੇ ਕੰਟੈਸਟੈਂਟ ਦੀ ਹੈ ਜ਼ੋਰਦਾਰ ਤਾੜੀਆਂ ਜੀ ਜੈਸਮਿਨ ਦੇ ਲਈ ਸਤਿ ਸ਼੍ਰੀ ਅਕਾਲ ਜਜਿਸ ਸਤਿ ਸ਼੍ਰੀ ਅਕਾਲ ਜੈਸਮਿਨ ਤਿਆਰੀ ਤਾਂ ਤੁਹਾਡੀ ਲੱਗ ਰਹੀ ਹੈ ਜੀ ਹਾਂਜੀ ਵਿਆਹ ਲਈ ਕਿ ਨਹੀਂ ਹਾਂਜੀ ਅੱਛਾ ਮੈਨੂੰ ਇਹ ਦੱਸੋ ਕਿਹੜਾ ਗਾਣਾ ਗਾ ਰਹੇ ਹੋ ਜੀ ਵੈਡਿੰਗ ਸੌਂਗ ਆਇਆ ਲਾੜੀਏ ਨੀ ਤੇਰਾ ਸੇਰਿਆਂ ਵਾਲਾ ਵਿਆਹ ਬਣਾਇਆ ਵਾਹ ਜੀ ਵਾਹ ਗੁੱਡ ਲੱਕ ਆਲ ਦਾ ਵੈਰੀ ਬੈਸਟ ਥੈਂਕ ਯੂ
ਜਸਮੀਨ ਹਾਂਜੀ ਸਰ ਠੀਕ ਹੋ ਜੀ ਹਾਂਜੀ ਪੁੱਛੀਏ ਫਿਰ ਆਪਾਂ ਕਮੈਂਟਸ ਲਈ ਉਧਰੋਂ ਦੇ ਜੀ ਸਲੀਮ ਭਾਜੀ ਜਸਮੀਨ ਹਾਂਜੀ ਸਰ ਵੈਰੀ ਗੁੱਡ ਥੈਂਕ ਯੂ ਸਰ ਅੱਛਾ ਗਾਇਆ ਪਰ ਹੋਰ ਅੱਛਾ ਗਾ ਸਕਦੇ ਸੀ ਕਿਉਂਕਿ ਤੁਹਾਡੇ 'ਚ ਮਿਊਜ਼ਿਕ ਹੈ ਤੁਹਾਡੇ 'ਚ ਰਿਦਮ ਹੈ ਤੁਹਾਡੇ 'ਚ ਸੁਰ ਹੈ ਤੁਸੀਂ ਹੋਰ ਅੱਛਾ ਕਰ ਸਕਦੇ ਹੋ ਅੱਗੇ ਤੋਂ ਹੋਰ ਅੱਛੀ ਪਰਫਾਰਮੈਂਸ ਹੋਣੀ ਚਾਹੀਦੀ ਜ਼ਰੂਰ ਸਰ ਗੋਡ ਬਲੈਸ ਥੈਂਕ ਯੂ ਭਾਜੀ ਗੁਰਮੀਤ ਜੀ ਤੁਹਾਡਾ ਰਿਪੋਰਟ ਕਾਰਡ ਹਾਂਜੀ 20 ਸੈਕਿੰਡਸ ਜੈਸਮੀਨ ਅੰਤਰਾ ਬਹੁਤ ਅੱਛੇ ਗਾਏ ਨੇ ਥੈਂਕ ਯੂ ਸਰ ਇੱਕ ਥੋੜ੍ਹਾ ਹਾਹੇ ਦਾ ਇਸਤੇਮਾਲ ਘੱਟ ਕਰਿਆ ਕਰੋ ਹਾਹੇ ਦਾ ਇਸਤੇਮਾਲ ਥੋੜ੍ਹਾ ਨਜ਼ਰ ਜ਼ਿਆਦਾ ਆਉਂਦਾ ਉਹਦਾ ਇਸਤੇਮਾਲ ਥੋੜ੍ਹਾ ਘੱਟ ਕਰਿਆ ਕਰੋ ਲੇਕਿਨ ਠੀਕ ਹੈ ਓਵਰਆਲ ਅੱਛਾ ਲੱਗ ਰਿਹਾ ਮੈਲੋਡੀਅਸ ਸਾਊਂਡ ਬਹੁਤ ਅੱਛੀ ਲੱਗ ਰਹੀ ਕਲੀਅਰ ਭਾਜੀ 20 ਸੈਕਿੰਡਸ ਐਂਡ ਜੈਸਮੀਨ ਮੈਨੂੰ ਬਹੁਤ ਅੱਛਾ ਲੱਗਾ ਬਹੁਤ ਅੱਛਾ ਗਾਇਆ ਬਹੁਤ ਫੀਲ ਸੀਗੀ ਸਿਰਫ ਸਥਾਈ ਥੋੜ੍ਹਾ ਜਿਹਾ ਮੈਨੂੰ ਲੱਗਾ ਕਿ ਗੜਬੜ ਹੋਈ ਥੋੜ੍ਹੀ ਜਿਹੀ ਲੇਕਿਨ ਪਹਿਲਾ ਅੰਤਰਾ ਤਾਂ ਕਮਾਲ ਗਾਇਆ ਦੂਸਰੇ ਅੰਤਰੇ ਦੀ ਪਹਿਲੀ ਲਾਈਨ ਫਿਰ ਥੋੜ੍ਹੀ ਜਿਹੀ ਸੁਰ ਚੜ੍ਹ ਗਿਆ ਸੀ ਲੇਕਿਨ ਬਾਕੀ ਸਾਰਾ ਠੀਕ ਸੀ ਅੱਛਾ ਸੀ ਇੰਜੋਏ ਕੀਤਾ ਗੁੱਡ ਥੈਂਕ ਯੂ ਸਰ ਲੈਂਬਰ ਹੁਸੈਨਪੁਰੀ ਜੀ ਕੀ ਕਹਿਣਾ ਚਾਹੋਗੇ ਜੀ ਫਿਰ ਤੁਸੀਂ ਸਾਰੇ ਬੱਚੇ ਯਾਰ ਬਹੁਤ ਅੱਛਾ ਗਾ ਰਹੇ ਆ ਤੁਸੀਂ ਮੇਰੇ ਵੱਲੋਂ ਗੋਡ ਬਲੈਸ ਯੂ ਗੁੱਡ ਲੱਕ ਅੱਗੇ ਜਾਓ ਤਰੱਕੀਆਂ ਕਰੋ ਹੋਰ ਮਿਹਨਤ ਕਰੋ ਥੈਂਕ ਯੂ ਥੈਂਕ ਯੂ ਭਾਅ ਜੀ ਕਿੱਟੂ ਭਾਅ ਜੀ ਤੁਹਾਡਾ ਟੇਕ ਜੀ ਕੀ ਕਹਿਣਾ ਚਾਹੋਗੇ ਨਹੀਂ ਬੜਾ ਅੱਛਾ ਗਾਇਆ ਜੈਸਮੀਨ ਵੈਰੀ ਗੁੱਡ ਪੁੱਤਰ ਬਾਕੀ ਜਿਹੜੀ ਗੁਰਮੀਤ ਜੀ ਹਾਏ ਵਾਲੀ ਗੱਲ ਹੈ ਉਹ ਮੈਂ ਬੜੀ ਵਾਰੀ ਇਹਨੂੰ ਟੋਕ ਚੁੱਕਿਆ ਮੈਂ ਕੋਸ਼ਿਸ਼ ਕਰੂੰਗਾ ਔਰ ਹੁਣ ਮੈਨੂੰ ਲੱਗਦਾ ਮੈਨੂੰ ਸਖਤੀ ਕਰਨੀ ਪੈਣੀ ਹੈ ਕਿਉਂਕਿ ਉਹ ਚੀਜ਼ ਮੈਂ ਵੀ ਨੋਟਿਸ ਕੀਤੀ ਹੈ ਔਰ ਤੁਸੀਂ ਵੀ ਪੁੱਤਰ ਹੁਣ ਧਿਆਨ ਦੇਣਾ ਜੀ ਸਰ ਗੋਡ ਬਲੈਸ ਯੂ ਸ਼ਾਬਾਸ਼ ਥੈਂਕ ਯੂ ਸਰ ਥੈਂਕ ਯੂ ਭਾਜੀ ਥੈਂਕ ਯੂ ਜੈਸਮੀਨ ਦੋਸਤੋ ਵੈਡਿੰਗ ਸੌਂਗਸ ਵਿੱਚ ਸਾਡੇ ਜਿਹੜੇ 10 ਕੰਟੈਸਟੈਂਟਸ ਨੇ ਇਹਨਾਂ ਵਿੱਚੋਂ 2 ਦੀ ਪਰਫਾਰਮੈਂਸ ਆਪਾਂ ਵੇਖ ਚੁੱਕੇ ਹਾਂ ਅਤੇ ਵਾਰੀ ਹੁਣ ਤੀਸਰੇ ਦੀ ਹੈ ਅਤੇ ਮੁੰਡਾ ਪੂਰਾ ਤਿਆਰ ਬਰ ਤਿਆਰ ਹੋ ਗਏ ਟਾਰਾਂ ਕੱਢ ਕੇ ਅੱਜ ਪਹੁੰਚਿਆ ਜੀ ਮੋਹਿਤ ਮਲਹਾਰ ਜ਼ੋਰਦਾਰ ਤਾੜੀਆਂ ਮੋਹਿਤ ਮਲਹਾਰ ਲਈ ਮੋਹਿਤ ਤੇਰਾ ਟੌਰਾਂ ਆਇਆ ਹੈ ਤਾਰੇ ਤੁਰੇ ਜੜੇ ਹੋਏ ਨੇ ਵਾਲ ਵੀ ਅੱਜ ਦਾ ਵੱਖਰਾ ਹੀ ਸਟਾਈਲ ਲੱਗ ਰਿਹਾ ਕਿ ਨਹੀਂ ਸਭ ਤੋਂ ਵਧੀਆ ਲੱਗ ਹੀ ਰਿਹਾ ਯਾਰ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਅੱਜ ਸੁਣਾ ਕੀ ਰਿਹਾ ਮੋਹਿਤ ਤੂੰ ਸਾਨੂੰ ਆਉਂਦੀਆਂ ਨਸੀਬਾਂ ਨਾਲ ਇਹ ਘੜੀਆਂ ਤੇਰੇ ਸਿਹਰੇ ਨੂੰ ਸਜਾਇਆ ਲਾ ਕੇ ਫੁੱਲ ਕਲੀ ਸਾਡਾ ਕੌਮੀ ਗਾਣਾ ਜਿਉਂਦੇ ਰਹੋ ਸੋ ਗੁੱਡ ਲੱਕ ਆਲ ਦ ਵੈਰੀ ਬੈਸਟ ਮੰਗਦੇ ਰੱਬ ਤੋਂ ਐਵੇਂ ਨਾ ਹੋ ਆਪਣੇ ਹੋਵਣ ਕੋਲ ਤੇ ਸਜਦਾ ਸ਼ਗਨਾ ਦਾ ਆਉਂਦੀਆਂ ਨਸੀਬਾਂ ਨਾਲ ਇਹ ਘੜੀਆਂ ਆਉਂਦੀਆਂ ਨਸੀਬਾਂ ਨਾਲ ਇਹ ਘੜੀਆਂ ਤੇਰੇ ਸਿਰ ਨੂੰ ਸਜਾਇਆ ਲਾ ਕੇ ਫੁੱਲ ਕਲੀਆਂ ਤੇਰੇ ਸਿਰ ਨੂੰ ਸਜਾਇਆ ਲਾ ਕੇ ਫੁੱਲ ਕਲੀਆਂ ਆਉਂਦੀਆਂ ਨਸੀਬਾਂ ਨਾਲ ਇਹ ਘੜੀਆਂਤੇਰੇ ਸਿਰ ਨੂੰ ਸਜਾਇਆ ਲਾ ਕੇ ਫੁੱਲ ਕਲੀਆਂ ਤੇਰੇ ਸਿਰ ਨੂੰ ਸਜਾਇਆ ਲਾ ਕੇ ਫੁੱਲ ਕਲੀਆਂ
कोई ये पूरी मेरे दिल दी मुराद अज होई है मेरे नालों बात खुश होना ने कोई ये मेरे नालों बात खुश होना ने कोई ये खुशियां ने वेड़े विच लाया छड़िया खुशियां ने वेड़े विच लाया छड़िया तेरे सिरे नु सजाया लाके फुल कलियां तेरे सिरे नु सजाया लाके फुल कलियां जी चल कमेंट्स लैने फिर भी आप उधरों की गुरमीत भाजी 20 seconds विच तुहाडा रिपोर्ट कार्ड की कहिंदा जी फिर मोहित हाँ जी सर ट्रू हार्ट आर्टिस्ट दिलों गाते हो तुसी गाना लेकिन आज थोड़ी जी खराश बहुत ज़्यादा से गले है ना कोई नहीं वो तो पार्ट ऑफ कभी भी खराश आ गई कभी भी चली गई कोई गल नहीं लेकिन गाना अच्छा गाया पूरा दिलों गाया वेरी गुड वेल डन कीप इट अप थैंक यू थैंक यू भाजी क्लियर भाजी थोड़े कमेंट्स एंड मोहित बहुत अच्छा सी यार बहुत वधिया सीगा सेरा गाना ये कोई सौखी गल नहीं बहुत औखी गल है क्योंकि असली उन्होंने पहले कहता साडा कौमी गीत है तो कौमी गीत नू कोई कोई निभा सकता भरावा जिन्हों गाना आता मैनू पता कि यह बहुत मुश्किल सी इन्हें बहुत अच्छा निभाया थोड़ा स्थाई अंतरा पहला ठीक नहीं सी दूसरा अंतरा बिल्कुल ठीक सी अलाप बहुत अच्छा सी कुल मिला के वधिया सी भाई थोड़े लिए भी ताड़ियां जी है लास्ट मोमेंट ते भाई ने बिल्कुल टाइम से ते सलीम पाजी तुहाडे कमेंट्स ते 20 सैकेंड्स शुरू होंदे ने जी सब तो पहला सलाम उन्हां दो फनकारां नूं मोहम्मद सादिक मोहम्मद इकबाल जिन्हां ने ये सेहरा गाया तू भी बहुत अच्छा गाया मोहित इदां ही गाया करो बच बच के गाया करो तुहाडे तो होर गाने की उम्मीद है गॉड ब्लैस थैंक यू पाजी लैंबर जी मोहित जी सर तुसीं बहुत भागा वाले आ ये प्लेटफॉर्म साढ़े जो असी गाँवते उदो सू नहीं मिले तो मेहनत करते रहो मेहनत के नाल फल मिलता बहुत अच्छा थैंक यू जी थैंक यू भाजी किटू भाजी बहुत वधिया जी जो जिस तरीके ये सिरा गाया जाना चाहिए मोहित ने अपने वालों पूरी कोशिश की और बहुत सुरीला गाया वेल डन मोहित थैंक यू जी शाबाश सो थैंक यू मोहित एक बार ताड़िया जी मुंडली ओ जी ਵਿਆਹ ਵਾਲੇ ਗੀਤਾਂ ਨੇ ਨਜ਼ਾਰਾ ਬਣਿਆ ਤੇ ਮੈਂ ਕਿਹਾ ਜੀ ਸਵਾਦ ਆ ਰਿਹਾ ਪੂਰਾ ਪੂਰਾ ਪਰ ਉਹ ਸਵਾਦ ਤਾਂ ਹੱਲੇ ਆਉਣੇ ਆ ਜਦੋਂ ਮੈਂ ਸਾਰਿਆਂ ਦੇ ਰਿਸ਼ਤੇ ਕਰਾਉਣੇ ਆ ਉਹ ਹੈਲੋ 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 ਤੂੰ ਹੈ ਕੌਣ ਪਛਾਣਿਆ ਨਹੀਂ ਭਾਜੀ ਰਿਸ਼ਤੇ ਕਰਾਉਣ ਵਾਲਾ ਵਸਿਆਂ ਦੇ ਘਰ ਉਜਾੜਨ ਤੇ ਉਜੜਿਆਂ ਦੇ ਘਰ ਵਸਾਉਣ ਵਾਲਾ ਨਾਮ ਹੈ ਮੇਰਾ ਸ਼ਾਤੀ ਲਾਲ ਵਿਚੋਲਾ ਤੇ ਮੈਂ ਰੱਖਦਾ ਨਹੀਂ ਕੋਈ ਓਲਾ ਓ ਓਲੇ ਵਾਲਿਓ ਮੇਰੀ ਗੱਲ ਸੁਣੋ ਹੈ ਇੱਥੇ ਕੋਈ ਓਲਾ ਨਹੀਂ ਹੈਗਾ ਇੱਥੇ ਵਿਆਹ ਵਾਲੇ ਗੀਤਾਂ ਦਾ ਮੁਕਾਬਲਾ ਚੱਲ ਰਿਹਾ ਤੇ ਨਾਲੇ ਕਿਸੇ ਨੇ ਵਿਆਹ ਨਹੀਂ ਕਰਾਉਣਾ ਉਰੇ ਓ ਛੱਡ ਗੱਲਾਂ ਕਾਕਾ ਤੂੰ ਕਿਹਨਾਂ ਵਿਆਹ ਨਹੀਂ ਕਰਾਉਣਾ ਐਵੇਂ ਝੂਠ ਬੋਲੀ ਜਾਂਦਾ ਆ ਪੀਟੀਸੀ ਵਾਲਿਆਂ ਨੇ ਸਾਰੇ ਨਿਆਣੇ ਸਟਾਰ ਬਣਾਤੇ ਆ ਇਹਨਾਂ ਦੇ ਰਿਸ਼ਤੇ ਇੰਨੇ ਆ ਰਹੇ ਭਾਜੀ ਲੋਕਾਂ ਨੇ ਦਫ਼ਤਰਾਂ ਦੇ ਬਾਹਰ ਲੈਣਾ ਲਾਤੀਆਂ ਲੈਣਾ ਅੱਛਾ ਐਡੀ ਗੱਲ ਬਾਤ ਹੋ ਰੱਖੀ ਆ ਓ ਮੇਰੀ ਗੱਲ ਸੁਣੋ ਤੇਰਾ ਨਾਂ ਕੀ ਆ ਯਾਰ ਤੇਰਾ ਓ ਕਾਕਾ ਹੁਣੇ ਨਾਂ ਭੁੱਲ ਗਿਆ ਹੁਣੇ ਤੇ ਤੈਨੂੰ ਨਾਂ ਦੱਸਿਆ ਤੇ ਮੇਰੀ ਗੱਲ ਸੁਣ ਕਾਕਾ ਯਾਦਾਸ਼ ਬੋਝ ਕਮਜ਼ੋਰ ਹੋ ਗਈ ਤੁਹਾਡੀ ਇਸ ਤੋਂ ਪਹਿਲਾਂ ਵੀ ਯਾਦਾਸ਼ ਦਾ ਬਿਲਕੁਲ ਹੀ ਬੇੜਾ ਗਰਕ ਹੋ ਜੇ ਉਹ ਤਾਂ ਵਿਆਹ ਵੀ ਕਰਾ ਲਓ ਹੈ ਤੇ ਤੁਹਾਡੇ ਵਾਸਤੇ ਇੱਕ ਬਹੁਤ ਸੋਹਣੀ ਕੁੜੀ ਆ ਗਈ ਮੇਰੇ ਕੋ ਓ ਹੋ 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 ਕੁੜੀ ਪੈਸਾ ਕਮਾਉਂਦੀ ਆ ਨਾ ਕਿਸੇ ਦਫ਼ਤਰ ਲੱਗੀ ਆ ਨਾ ਕਿਸੇ ਨੌਕਰੀ ਜਾਂਦੀ ਆ ਪਰ ਪੈਸਾ ਕਮਾਉਂਦੀ ਆ ਤੁਹਾਡਾ ਬੜਾ ਖਿਆਲ ਰੱਖੇਗੀ ਸਰਦਾਰ ਜੀ ਕੁੜੀ ਦੀ ਬੁਢਾਪਾ ਪੈਨਸ਼ਨ ਆਉਂਦੀ ਆ ਉਹ ਵੀ ਤੇਰੀ ਗੱਲ ਪੂਰੀ ਆ ਹੁਣ ਮੇਰੀ ਗੱਲ ਸੁਣ ਲੈ ਮੇਰਾ ਵਿਆਹ ਹੋ ਚੁੱਕਾ ਤੇ ਕਾਕਾ ਜੇ ਵਿਆਹ ਹੋ ਹੀ ਚੁੱਕਾ ਤੇ ਸਾਈਡ ਤੇ ਹੋ ਆਪਾਂ ਬੁਢਾਪਾ ਪੈਨਸ਼ਨ ਵਾਲੀ ਆਪਸ਼ਨ ਆ ਕਿੱਟੂ ਭਾਜੀ ਨੂੰ ਦਿੰਨੇ ਆ ਆਹ ਹਾ 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 ਕੀ ਬਾਤ ਹੈ ਕੀ ਜੋੜੀ ਜੱਜੇਗੀ ਜੀ ਦੋਵਾਂ ਦੀ ਬਹੁਤ ਜੋੜੀ ਜੱਜਣੀ ਆ ਨਾਲੇ ਦੋਵਾਂ ਦੇ ਵਿਆਹ ਹੋਣਗੇ ਨਾਲੇ ਦੋਵੇਂ ਮਿਲ ਕੇ ਗਾਉਣਗੇ ਇਧਰੋਂ ਕਿੱਟੂ ਜੀ ਗਾਉਣਗੇ ਓ ਹੋ 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 ਕੀ ਬਾਤ ਹੈ ਜੇ ਸੁਰ ਤੁਹਾਡਾ ਨਹੀਂ ਲੱਗਿਆ ਬਿਲਕੁਲ ਨਹੀਂ ਲੈਣੀ ਟੈਨਸ਼ਨ ਜੇ ਸੁਰ ਤੁਹਾਡਾ ਨਹੀਂ ਲੱਗਿਆ ਬਿਲਕੁਲ ਨਹੀਂ ਲੈਣੀ ਟੈਨਸ਼ਨ ਤੇ ਅੱਗੋਂ ਬੁੱਢੀ ਗਾਏਗੀ ਤੂੰ ਪਾਂਡੇ ਮਾਂਜ ਰੱਖੀ ਮੈਂ ਲੈਣ ਚੱਲੀ ਆ ਪੈਨਸ਼ਨ ਪਾਂਡੇ ਮਾਂਜ ਰੱਖੀ ਮੈਂ ਲੈਣ ਚੱਲੀ ਆ ਪੈਨਸ਼ਨ ਪਾਂਡੇ ਮਾਂਜ ਰੱਖੀ ਓ ਹੈਲੋ 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 ਓ ਮਿਸਟਰ ਸ਼ਾਦੀ ਲਾਲ ਹੈ ਗੱਲ ਸੁਣ ਮੇਰੀ ਸ਼ਾਦੀ ਲਾਲ ਕੀ ਨਾਮ ਜਰਾ ਸ਼ਾਦੀ ਲਾਲ ਮੇਰਾ ਨਾਮ ਸ਼ਾਦੀ ਲਾਲ ਆ ਆਹੋ ਠੀਕ ਹੈ
ਤੇ ਵਿਆਹ ਤੇ ਹੁਣ ਮੈਂ ਸਾਰਿਆਂ ਦਾ ਕਰਾ ਕੇ ਹੀ ਜਾਣਾ ਚਲੋ ਇੱਧਰ ਗੱਲ ਨਹੀਂ ਬਣੀ ਇਹਨਾਂ ਦਾ ਤਾਂ ਚਲੋ ਹੋਇਆ ਹੀ ਪਿਆ ਮੈਨੂੰ ਪਤਾ ਲੱਗ ਗਿਆ ਉਹਨਾਂ ਦੀ ਐਕਸਪ੍ਰੈਸ਼ਨ ਵੇਖ ਕੇ ਤੇ ਇੱਧਰ ਹੋ ਜਾਂਦੇ ਹਾਂ ਹਾਂਜੀ 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 ਹੈਲੋ ਹਾਂਜੀ ਹੈਲੋ ਆਹਾ ਹਾਂਜੀ ਤੁਹਾਡੇ ਵਾਸਤੇ ਵੀ ਬੜੀ ਘੈਂਟ ਕੁੜੀ ਮੇਰੇ ਕੋਲ ਓਹ ਹੋ ਹੋ ਲਿਆ ਜਲਦੀ ਲਿਆਓ ਜਲਦੀ ਓਹ ਹੋ ਹੋ ਕੁੜੀ ਵੈਰੀ ਗੁੱਡ ਕੁੜੀ ਦਾ ਨੈਨ ਨਕਸ਼ ਵੈਰੀ ਗੁੱਡ ਕੁੜੀ ਦਾ ਕੱਦ ਕਾਠ ਵੈਰੀ ਵੈਰੀ ਗੁੱਡ ਹੋਰ ਕੀ ਹੁੰਦਾ ਹੈ ਹੋਰ ਕੀ ਹੁੰਦਾ ਵਾ 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 ਕੀ ਬਾਤ ਹੈ ਕੀ ਬਾਤ ਹੈ ਪਰ ਇੱਕ ਟੈਨਸ਼ਨ ਹੈ ਜੀ ਹਾਂ ਕੁੜੀ ਨੂੰ ਕਦੀ ਗੁੱਸਾ ਉਤਰ ਜਾਂਦਾ ਤੇ ਕਦੇ ਗੁੱਸਾ ਚੜ ਜਾਂਦਾ ਕਦੇ ਗੁੱਸਾ ਉਤਰ ਜਾਂਦਾ ਤੇ ਕਦੇ ਗੁੱਸਾ ਚੜ ਜਾਂਦਾ ਤੇ ਜਦੋਂ ਗੁੱਸਾ ਚੜ ਜਾਂਦਾ ਇਹਨਾਂ ਵਰਗਾ ਬੰਦਾ ਮੰਜੀ ਥੱਲੇ ਵੜ ਜਾਂਦਾ ਉਹ ਮੇਰੀ ਗੱਲ ਸੁਣ ਲਾ ਇਹ ਤੈਨੂੰ ਪਤਾ ਸੰਗੀਤ ਦੇ ਬਹੁਤ ਬੜੇ ਮਹਾਰਥੀ ਹੈਗੇ ਨੇ ਉਧਰ ਨਹੀਂ ਗੱਲ ਕਰਨੀ ਹੈਗੀ ਤੂੰ ਐਂ ਕਰ ਲਿਆਕਤ ਮੜ ਜਾ ਖੜਾ ਹੋਈ ਯਾਰ ਮੜ ਜਾ ਹੈ ਜੇ ਤੂੰ ਵਿਆਹ ਕਰਾਉਣਾ ਹੀ ਹੈ ਤੂੰ ਸਾਡੇ ਲਿਆਕਤ ਦਾ ਕਰਾ ਦੇਖ ਚੰਨ ਦਾ ਟੁਕੜਾ ਹੈ ਸਾਡਾ ਲਿਆਕਤ ਹੈ ਸਰਦਾਰ ਜੀ ਮੇਰੀ ਗੱਲ ਸੁਣੋ ਹਾਂ ਗੁੱਸਾ ਨਾ ਕਰਿਓ ਹੈ ਤੇ ਵੈਸੇ ਤੁਹਾਡਾ ਲਿਆਕਤ ਚੰਨ ਦਾ ਟੋਟਾ ਹੀ ਹੈ ਪਰ ਇਹ ਚੰਨ ਮੱਸਿਆ ਵਾਲਾ ਹੈ ਟੈਨਸ਼ਨ ਨਹੀਂ ਲੈਣੀ ਕਾਕਾ ਦੰਦੀਆਂ ਨਹੀਂ ਕੱਢਣੀਆਂ ਬਹੁਤੀਆਂ ਤੇਰੇ ਵਾਸਤੇ ਵੀ ਹੈਗੀ ਆਪਣੇ ਕੋਲ ਆਪਸ਼ਨ ਓਹ ਕੁੜੀਆਂ ਬਹੁਤ ਗੋਰੀ ਦੀ ਫੋਟੋ ਲੱਭਣ ਨਹੀਂ ਰਹੀ ਪਤਾ ਨਹੀਂ ਓਹੋ ਕੁੜੀ ਗੋਰੀ ਆ ਮਤਲਬ ਓਹੋ ਰੰਗ ਤੇ ਇਹਦੇ ਵਾਲਾ ਹੀ ਆ ਕੁੜੀ ਦਾ ਨਾਂ ਗੋਰੀ ਆ ਅੱਛਾ 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 ਪਰ ਮੇਰੀ ਗੱਲ ਸੁਣ ਲਾ ਫੋਟੋ ਤੋਂ ਬਗੈਰ ਅਸੀਂ ਗੱਲ ਅੱਗੇ ਨਹੀਂ ਤੋਰਨੀ ਹੈਗੀ ਸਿੱਧੀ ਜੀ ਗੱਲ ਹੈ ਉਹ ਯਾਰ ਕਿਉਂ ਨਹੀਂ ਤੋਰਨੀ ਹੁਣ ਮੈਂ ਫੋਟੋ ਤੇ ਫਿਰ ਇਦਾਂ ਕਰਦਾ ਮੈਂ ਦਫ਼ਤਰ ਤੋਂ ਲੈ ਕੇ ਆਉਣਾ ਫੋਟੋ ਹਾਂ ਫੋਟੋ ਲੈ ਕੇ ਆ ਤੂੰ ਛੇਤੀ ਦੇ ਕੇ ਤੇ ਮੇਰੀ ਗੱਲ ਸੁਣ ਲਓ ਵਿਆਹ ਮੈਂ ਕੱਲੇ ਕੱਲੇ ਦਾ ਕਰਾ ਕੇ ਛੱਡਣਾ ਸਾਰੇ ਹੋ ਜਾਓ ਤਿਆਰ ਤੇ ਨਾਮ ਮੇਰਾ ਯਾਦ ਰੱਖਣਾ ਰਿਸ਼ਤੇ ਹੀ ਰਿਸ਼ਤੇ ਕਰਾਉਣ ਵਾਲਾ ਵਸਿਆਂ ਦੇ ਘਰ ਉਜਾੜਨ ਤੇ ਉਜੜਿਆਂ ਦੇ ਘਰ ਵਸਾਉਣ ਵਾਲਾ ਨਾਮ ਹੈ ਮੇਰਾ ਸ਼ਾਦੀ ਲਾਲ ਵਿਚੋਲਾ ਤੇ ਮੈਂ ਰੱਖਦਾ ਨਹੀਂ ਕੋਈ ਓਲਾ ਦੋਸਤੋ ਇੱਥੇ ਹੁਣ ਨਿੱਕੀ ਜਿਹੀ ਆਪਾਂ ਬ੍ਰੇਕ ਲਵਾਂਗੇ ਕਿਉਂਕਿ ਇੱਥੇ ਸ਼ਾਦੀ ਲਾਲ ਨੇ ਤਾਂ ਮਾਹੌਲ ਥੋੜ੍ਹਾ ਜਿਹਾ ਗਰਮ ਕਰਤਾ ਪਰ ਤੁਸੀਂ ਜਾਣਾ ਹੀ ਹੈਗਾ ਸ਼ਾਦੀ ਵਾਲਾ ਮਾਹੌਲ ਸਾਡੇ ਮਨ 'ਤੇ ਜ਼ਰੂਰ ਬਣਿਆ ਕਿਉਂਕਿ ਵਿਆਹ ਵਾਲੇ ਗੀਤ ਚੱਲ ਰਹੇ ਹਾਂ ਜੀ ਮਿਲਦੇ ਆਪਾਂ ਇੱਕ ਹਾਂਜੀ ਬ੍ਰੇਕ ਤੋਂ ਬਾਅਦ ਰਾਹੁਲ ਬਹੁਤ ਅੱਛਾ ਥੈਂਕ ਯੂ ਸਰ ਬਹੁਤ ਹੀ ਅੱਛਾ ਬਹੁਤ ਵਧੀਆ ਮੈਂ ਕਿਹਾ ਜੀ ਇੱਕ ਵਾਰ ਫਿਰ ਤੋਂ ਵੈਲਕਮ ਬੈਕ ਹੈ ਤੇ ਮੰਚ ਸਾਡਾ ਸੁਰਤਾਲ ਨਾਲ ਪੈਕ ਹੈ ਤੇ ਇਹ ਹੈ ਸੁਰਤਾਲ ਵਾਲੀ ਵੌਇਸ ਆਫ ਪੰਜਾਬ ਸੀਜ਼ਨ ਸੱਤ ਤੇ ਸਾਡੇ ਸ਼ੋਅ ਦੇ ਕੋ ਪ੍ਰੈਜ਼ੈਂਟਰ ਨੇ ਜੀ ਸਿਬਾਕਾ ਵੇਦ ਸ਼ਕਤੀ ਐਂਡ ਪੌਂਡਸ ਪਾਵਰਡ ਬਾਏ ਨਿਊਟਰੀ ਪ੍ਰਾਈਡ ਰਿਫਾਈਂਡ ਸੋਇਆਬੀਨ ਆਇਲ ਐਂਡ ਗੋਦਰੇਜ ਨੰਬਰ 1 ਅਸੋਸੀਏਟ ਸਪੋਂਸਰਸ ਆਰ ਪ੍ਰੀ ਟਰੈਕਟਰਸ ਅਤੇ ਕੰਬਾਈਨ ਜੌਲੀ ਵਾਸੀਰ ਐਂਡ ਏਟਲ ਤੇ ਵੇਲੀਓ ਵੈਡਿੰਗ ਸੌਂਗਸ ਦਾ ਅੱਜ ਮੁਕਾਬਲਾ ਚੱਲਿਆ ਸੈਮੀਫਾਈਨਲਸ ਦਾ ਦੂਸਰਾ ਇਹ ਤਗੜਾ ਜਿਹਾ ਮੁਕਾਬਲਾ ਚੱਲਦਾ ਪਿਆ ਤੇ ਵਾਰੀ ਅਗਲੇ ਕੰਟੈਸਟੈਂਟ ਦੀ ਆ ਜੀ ਛੇਤੀ ਦੇ ਕੇ ਸੱਦਾ ਦਿੰਦੇ ਹਾਂ ਫਿਰ ਆਪਾਂ ਜ਼ੋਰਦਾਰ ਤਾੜੀਆਂ ਦੇ ਵਿੱਚ ਸ਼ਬਨਮ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸ਼ਬਨਮ ਕਿਹੜਾ ਵੈਡਿੰਗ ਸੌਂਗ ਸੁਣਾ ਰਹੇ ਹੋ ਜੀ ਫਿਰ ਸਰ ਮੈਂ ਮਹਿੰਦੀ ਲੱਗਦੀ ਮੁਕੱਦਰਾਂ ਨਾਲ ਆਲਰਾਈਟ ਜੀ ਗੁੱਡ ਲੱਕ ਆਲ ਦ ਬੈਸਟ
ਜੀ ਵਾਹ, ਸਟੈਂਡਿੰਗ ਓਵੇਸ਼ਨ। ਥੈਂਕ ਯੂ ਸਰ। ਸੋ ਫਿਰ ਆਪਾਂ ਸਭ ਤੋਂ ਪਹਿਲਾਂ ਜੱਜਸ ਤੋਂ ਪਹਿਲਾਂ ਕਿੱਟੂ ਭਾਜੀ, ਗੁਰਜੀਤ ਸਿੰਘ ਕਹਿਣ ਲਈ ਕੁਝ ਬਚਿਆ? ਬਹੁਤ ਕਮਾਲ ਦੀ ਪਰਫਾਰਮੈਂਸ, ਬੜੀ ਸੁਰੀਲੀ, ਮਜ਼ਾ ਆ ਗਿਆ। ਤੂੰ ਇਹ ਨਾ ਸੋਚੀ ਮੈਂ ਨਹੀਂ ਖੜਾ ਹੋਇਆ। ਥੈਂਕ ਯੂ ਵੈਰੀ ਮਚ। ਕਿਆ ਹੀ ਬਾਤ ਹੈ, ਜਿਉਂਦੀ ਰਹਿ, ਸ਼ਾਬਾਸ਼। ਥੈਂਕ ਯੂ ਭਾਜੀ। ਅਤੇ ਗੁਰਮੀਤ ਭਾਜੀ, ਸ਼ਬਨਮ, ਕਿਆ ਬਾਤ ਹੈ। ਲਓ ਜੀ ਸਲੀਮ ਭਾਜੀ, ਆਹ ਤੇ ਬਣਦਾ ਹੁਣ, ਹੱਕ ਬਣਦਾ ਹੁਣ। ਹਾਂਜੀ ਸੁਰ ਵੈਰੀ ਗੁੱਡ, ਸਟੇਜ ਪਰਫਾਰਮੈਂਸ ਵੈਰੀ ਗੁੱਡ, ਕੰਬੀਨੇਸ਼ਨਸ ਹਾਰਮਨੀ ਵੈਰੀ ਗੁੱਡ, ਵੈਰੀ ਗੁੱਡ। ਹੋਰ ਕੀ ਹੁੰਦਾ, ਹੋਰ ਕੀ ਹੁੰਦਾ, ਹੋਰ ਕੀ ਹੁੰਦਾ। ਹੈਲੋ, ਤੇ ਹੋਰ ਕੀ ਹੁੰਦਾ ਆਪਾਂ ਪੁੱਛਦੇ ਹਾਂ ਸਲੀਮ ਭਾਜੀ ਨੂੰ। ਹਾਂਜੀ ਭਾਜੀ, 20 ਸੈਕਿੰਡਸ, ਹੇਅਰ ਵੀ ਗੋ। ਮੈਨੂੰ 20 ਸੈਕਿੰਡ ਦੀ ਲੋੜ ਹੀ ਨਹੀਂ, ਮੈਂ ਇੱਕੋ ਗੱਲ ਕਰਨੀ। ਜੀਉਂਦੀ ਰਹਿ ਬੇਟਾ। ਥੈਂਕ ਯੂ ਸਰ। ਬਾਬਾ ਜੀ ਤੁਹਾਨੂੰ ਹੋਰ ਤਰੱਕੀਆਂ ਦੇ। ਥੈਂਕ ਯੂ ਵੈਰੀ ਮਚ। ਵਾਹ ਜੀ ਵਾਹ, ਕੀ ਬਾਤ ਹੈ, ਥੈਂਕ ਯੂ ਭਾਜੀ। Here we go. क्या बात है शबनम, हमेशा अच्छा गाँव है, पर मैं इधर आना अज कमाल कीता। एक अंतरे दी पहली लाइन जरा खराब गई, पर उस तो वधिया फिर दोबारा गई, इसलिए थोड़ा जा नजराना बनता। खुश रहो, मालिक तुहानू होर बहुत सारी तरक्की दे, बहुत मजा आया। थैंक यू, थैंक यू सो मच भाजी। लैंबर भाजी ਕੀ ਕਹਿਣਾ ਜੀ, ਕਿੱਦਾਂ ਦਾ ਲੱਗ ਰਿਹਾ ਨਾਲੇ ਇਹ ਮਾਹੌਲ? ਮੈਂ ਵੀ ਚਾਹੁੰਦਾ ਵੀ ਮੈਂ ਵੀ ਆਪਣੀ ਨੇਕ ਕਮਾਈ 'ਚੋਂ ਥੋੜ੍ਹਾ ਜਿਹਾ ਤੁਹਾਨੂੰ ਆਸ਼ੀਰਵਾਦ ਦੇ ਦੇਵਾਂ, ਸਾਡੇ ਬੱਚੇ ਆ। ਸਾਰਿਆਂ ਵੱਲੋਂ ਜਿਉਂਦੀ ਵੱਸਦੀ ਰਹਿ, ਜ਼ੋਰਦਾਰ ਤਾੜੀਆਂ ਦੇਵੇ। ਅਤੇ ਬਹੁਤ ਅੱਛੀ ਵੋਇਸ ਹੈ, ਸਾਰੇ ਬਹੁਤ ਅੱਛਾ ਗਾਉਂਦੇ ਆ। ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਜੱਜਿਸ। ਅਤੇ ਥੈਂਕ ਯੂ ਸ਼ਬਨਮ, ਪਲੀਜ਼ ਟੇਕ ਯੂਅਰ ਸੀਟ ਐਂਡ ਮੁਬਾਰਕਾਂ ਜੀ। ਲਓ ਜੀ, ਮੁਕਾਬਲੇ ਨੂੰ ਹੁਣ ਆਪਾਂ ਅੱਗੇ ਵਧਾਉਂਦੇ ਹਾਂ। ਇੱਥੇ ਵਿਆਹਲੇ ਗੀਤਾਂ ਦਾ ਇੱਥੇ ਮੁਕਾਬਲਾ ਚੱਲ ਰਿਹਾ, ਅੱਜ ਉੱਥੇ ਵਾਰੀ ਹੁਣ ਪੰਜਵੇਂ ਕੰਟੈਸਟੈਂਟ ਦੀ ਆ ਜੀ। ਜ਼ੋਰਦਾਰ ਤਾੜੀਆਂ, ਮੁੰਡਾ ਰਾਹੁਲ ਆ ਰਿਹਾ ਜੀ। ਰਾਹੁਲ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਫਿਰ ਕਿਹੜਾ ਗਾਣਾ ਗਾ ਰਹੇ ਹੋ? ਸਰ ਦਿਲ ਹੈ ਗੇੜਾ ਬਲਵੀਰ ਬੋਪਾ ਰਾਏ ਜੀ ਦਾ। ਆਹ ਹਾ ਹਾ, ਗੁੱਡ ਲੱਕ, ਆਲ ਦਾ ਬੈਸਟ। ਕਪੂਰ ਕੁਆਰਿਆਂ ਦੀ ਕਮਜ਼ੋਰੀ ਏ ਨੀ ਕਪੂਰ।
थैंक यू सो मच कोरस वाले आप ताड़िया मारिए राहुल कोरस लई थैंक यू जी क्लियर भाजी थोड़े तो शुरुआत कर दें कमेंट्स की 20 seconds के विच विच राहुल सुरीला मुंडा यार यदि आवाज़ बड़ी अच्छी है सुरच गाने वाला बंदा अच्छा गाया एनर्जी फुल डांस बड़ा अच्छा कर रहा है स्टाइल अच्छा बने ना अज करके ता पर बेटा होर अच्छा हो सकता ठीक है अगे तो होर कोशिश करनी है तुम सुरीले हो तो होर कोशिश करनी है होर सुरच गाने की ठीक है अच्छा सी बुरा नहीं सी थैंक यू भाजी गुरमीत जी रिपोर्ट कार्ड 20 सेकंड्स विच राहुल दी बहुत अच्छी गल है इस गाने च की रही कि अपने काफ़ी सारे इन्हें जड़े इंप्रोवाइज जड़े अंग सी गाने च इन्हें अपने लाए तो वो बहुत अच्छी गल है कई बार सुर इधर उधर हो जाता नो प्रॉब्लम बीट सॉन्ग है हसो खेडो बुरा थैंक कोई चक्कर नहीं वाह वाह जी सलीम भाजी थोड़े कमेंट्स हाँ जी राहुल बहुत अच्छा थैंक यू सर बहुत ही अच्छा बहुत वधिया मैनू बहुत अच्छा लगा थैंक यू सर गॉड ब्लेस थैंक यू जी लैंबर जी की कहना चाहोगे तो एक जो गाई का गाना उदो हसदा तो तू है पर मत्थे ते तेरे त्यूड़ियाँ नहीं जांदियाँ तू बहुत अच्छा गाया बस लफज जेड़े वो ध्यान रखना वेल डन थैंक यू सो मच जी किट्टू भाजी राहुल ने अपने आप को इंप्रूव किया जी वधिया परफॉर्मेंस जी अपने वालों कोशिश की है पूरा एंटरटेनिंग एक्ट सीगा अगे होर वधिया करना राहुल गॉड ब्लेस यू शाबाश थैंक यू जी एक बार ताड़िया मुंडे लई थैंक यू राहुल दोस्तों विआह तो दुनिया विच हुंदे ने पर जिहड़ा पंजाबियों का विआह हुंदा जी उहदी रौनक ही वक्री हुंदी हैगी है जिथे लाड़े ते वोटी नूं वटना लाया जांदा जी गाने बन्ने जांदे ने उत्थे ही विहड़े दी इक नुक्कर दे विच हलवाई कढ रहा हुंदा जी शक्करपारे ते मठियां ते नाल दी नाल वट रहा हुंदा जी बूंदी दे लड्डू उहदा स्वाद ते नज़ारा ही देखदे बणदा जी ते नाल दी नाल रिश्तेदारां दे भैण भरावां दे ते यार बेलियां दे ते सगी सहेलियां दे चा उड उड पैंदे ने जी ते उहनां चावां नूं पेश करदे ने शगनां नाल जुड़े हुए गीत यानी कि विआह वाले गीत सो उह विआह वाले गीत साडे जिहड़े कंटेस्टेंट्स ने अज इस मुकाबले दे जरिए पेश कर रहे ने सदाबहार गीतां दा लुत्फ आप इसे तरह उठाते रहेंगे पर वेला एक प्यारी जी ब्रेक का हो गया तो मैं चाहना कि आप सारे जने रल के मेरे नाल एक बार बुर्रा 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 ब्रेक तो बाद मिलते हैं साक्षी वेरी गुड वेल डन ऑसम कीप इट अप बहुत अच्छा गाया सब तो वधिया गल जिहड़ा तुसीं गाना कहा है ना उहदा एक इंप्रोवाइजेशन सी ना ओ वेरी गुड है थैंक यू सर गाना ही नच टप के गाउण वाला सी तां ही हर कंट्री दे विच ऐसा बजया कोई गोरियां गोरे कोई रहे नहीं नचण तो उन्हां नूं मेरे गाना ही याद हो गया गोरियां गोरियां नूं ਜੀ ਇੱਕ ਵਾਰ ਫਿਰ ਤੋਂ ਪਿਆਰਾ ਜਾ ਵੈਲਕਮ ਬੈਕ ਹੈ ਤੇ ਮੰਚ ਸਾਡਾ ਸੁਰਤਾਲ ਨਾਲ ਪੈਕ ਹੈ ਤੇ ਇਹ ਹੈ ਸੁਰਤਾਲ ਵਾਲੀ ਅੱਤ ਵਾਇਸ ਆਫ ਪੰਜਾਬ ਸੀਜ਼ਨ 7 ਤੇ ਸਾਡੇ ਸ਼ੋਅ ਦੇ ਕੋ ਪ੍ਰੈਜੈਂਟਰ ਨੇ ਜੀ ਸਿਬਾਕਾ ਵੇਦ ਸ਼ਕਤੀ ਐਂਡ ਪੌਂਡਸ ਪਾਵਰਡ ਬਾਈ ਨਿਊਟਰੀ ਪ੍ਰਾਈਡ ਰਿਫਾਈਂਡ ਸੋਇਆਬੀਨ ਆਇਲ ਐਂਡ ਗੋਦਰੇਜ ਨੰਬਰ 1 ਅਤੇ ਮਿੱਤਰੋ ਵੈਡਿੰਗ ਸੌਂਗਸ ਦਾ ਇਹ ਮੁਕਾਬਲਾ ਚੱਲ ਰਿਹਾ ਸੈਮੀਫਾਈਨਲ ਰਾਊਂਡ ਦਾ ਦੂਸਰਾ ਗੈਗਚ ਮੁਕਾਬਲਾ ਚੱਲ ਰਿਹਾ ਸਾਡੇ ਕੰਟੈਸਟੈਂਟ ਦਰਮਿਆਨ ਅਤੇ ਵਾਰੀ ਹੁਣ ਅਗਲੇ ਕੰਟੈਸਟੈਂਟ ਦੀ ਹੈ ਅਤੇ ਤਾੜੀਆਂ ਖਿੱਚ ਕੇ ਜੀ ਕੁੜੀ ਸੱਚ ਧੱਜ ਕੇ ਆ ਰਹੀ ਹੈ ਸਾਕਸ਼ੀ ਸਤਿ ਸ਼੍ਰੀ ਅਕਾਲ ਸਾਕਸ਼ੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਹਾਂਜੀ ਫਿਰ ਕਿਹੜਾ ਵੈਡਿੰਗ ਸੌਂਗ ਸਾਨੂੰ ਸੁਣਾ ਰਹੇ ਹੋ ਜੀ ਮੱਥੇ ਤੇ ਚਮਕਣ ਵਾਲ ਮੇਰੇ ਬਨੜੇ ਦੇ ਕੀ ਬਾਤ ਹੈ ਜੀ ਆਲ ਦ ਵੈਰੀ ਬੈਸਟ ਗੁੱਡ ਲੱਕ
हाँ जी साक्षी, फिर दसो सब तो पहला आपा किना तो कमेंट्स लिए। गुरमीत सर। गुरमीत पाजी खोलो अपना रिपोर्ट कार्ड जी, ते 20 सेकेंड्स शुरू होंगे जी। साक्षी वेरी गुड, वेल डन, ऑसम, कीप इट अप, बहुत अच्छा गाया। सब तो वधिया गल जिहड़ा तुसीं गाना कहा है ना, उहदा एक इंप्रोवाइजेशन सी ना, ओ वेरी गुड है। थैंक यू सर। जिंदे रहो, वेरी गुड। थैंक यू पाजी। क्लियर पाजी तुहाडे कमेंट्स। साक्षी बहुत अच्छा सी, क्या बात, मज़ा आ रहा सी, इंजॉय कर रहे सी तुसीं गाने नूं। जिहड़ा भी तुसीं उहदे विच वादा करदे हो ना गाने दे विच, ओह कमाल दा सीगा, हरकत मुरकी बड़ी कमाल दी सीगी, अच्छा लगा। गॉड ब्लेस। थैंक यू सर। थैंक यू पाजी। सलीम पाजी। साक्षी तेरी हिम्मत दी दाद दिना पुत्र, तू बहुत दलेर कुड़ी है, नहीं तो जो कोरस बुसुरा हो जाए ना तो सिंगर भी बुसुरा हो जाता नाल दी नाल, वो संभाल नहीं पाता अपने आप को। कई बार इदा भी हो जाता कि नहीं यार इन्होंने आ तो सीगा ही नहीं, या आ सीगा इन्होंने किया नहीं, आ कह रहे, तू उस चीज़ की चिंता किए बगैर अपना पार्ट जिहड़ा वो अच्छे तरीके अदा किया। गॉड ब्लैस, जिंदी रहे। थैंक यू सर। थैंक यू भाजी। लैंबर भाजी। साक्षी तू बहुत अच्छा गाया, नाल जिहड़ी परफॉर्मेंस कर रही हाँ ये गाने दे नाल बनदी जिहड़ी तू अन्नी कीती है, बहुत अच्छा, बहुत अच्छा। थैंक यू सो मच भाजी। किटू भाजी तुसी की कहना चाहोगे जी? तो वेरी गुड, जिंदी रहे। सो गुड लक साक्षी, थैंक यू। मित्रों हुण वारी आ जी सत्तवें कंटेस्टेंट की, पर इस दे नाल नाल मैं एक बार फिर तो थानू चेते करा दां ते कंटेस्टेंट्स नू भी कि अज एक जने की घर वापसी होएगी, यानी कि एक एलीमिनेशन हैगी मुकाबले दे विच। सो गुड लक एंड ऑल द बेस्ट एक बार फिर तो। ते मुंडा अगला आ रहा जी लियाकत, जोरदार ताड़ियों दे लई। हाँ जी सत श्री अकाल। सत श्री अकाल जी, किदां ठीक ठाक? हाँ जी हाँ जी वधिया जी। तैयारियां ने फुल ऑन? हाँ जी हाँ जी। अच्छा फिर दसो किहड़ा वैडिंग सोंग सुनाओगे सानू? ਕਿਹੜੇ ਪਿੰਡ ਦੀ ਤੂੰ ਵੀ? ਹਾਏ 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 ਹਾਏ। ਸੋ ਗੁੱਡ ਲੱਕ, ਆਲ ਦ ਬੈਸਟ। ਹਬੀ ਬਲਾਇਆ ਨਾਲੇ ਛੱਜ ਵੀ ਤੇ ਭੰਨਿਆ, ਹਬੀ ਬਲਾਇਆ ਨਾਲੇ ਛੱਜ ਵੀ ਤੇ ਭੰਨਿਆ, ਨੀ ਨਾਲੇ ਪਿੰਜਿਆ ਰੂਨੀ, ਮੈਨੂੰ ਦੱਸ ਜਾ ਮੇਲਣਿਆ ਕਿਹੜੇ ਪਿੰਡ ਦੀ ਤੂੰ ਨੀ, ਮੈਨੂੰ ਦੱਸ ਜਾ ਮੇਲਣਿਆ ਕਿਹੜੇ ਪਿੰਡ ਦੀ ਤੂੰ ਨੀ, ਮੈਨੂੰ ਦੱਸ ਜਾ ਮੇਲਣੇ तेरे नाम उत्ते बकरे बुलाउंदे तेनू वेख खिले लू लूनी, मैनू दस जा मेलणे केड़े पिंड दी तूनी, मैनू दस जा मेलणे केड़े पिंड दी तूनी, मैनू दस जा मेलणे केड़े पिंड दी तूनी, मैनू दस जा मेलणे। सलीम भाजी की कहना चाहोगे जी? जिहो जिहा गाना हुंदा ना पुत्र जी, ਉਹ ਜਿਹੀ ਤੁਹਾਡਾ ਮੂਡ ਚਾਹੀਦਾ, ਫੀਲਿੰਗ ਉਹ ਚਾਹੀਦੀ ਹੈ ਪੂਰੀ। ਪੁੱਤਰ ਮੂਡ ਨੂੰ ਥੋੜ੍ਹਾ ਜਿਹਾ ਗਾਣੇ ਦੇ ਹਿਸਾਬ ਨਾਲ ਟਾਲੀਦਾ ਤਾਂ ਸਵਾਦ ਆਉਂਦਾ। ਥੈਂਕ ਯੂ ਭਾਅ ਜੀ। ਗੁਰਮੀਤ ਭਾਅ ਜੀ, ਦਹੀਂ ਜੰਮਿਆ ਨੇ, ਠੀਕ ਹੈ, ਸੁਰ 'ਚ ਵੀ ਗਾ ਰਿਹਾ ਸੀ, ਕੋਸ਼ਿਸ਼ ਵੀ ਕਰ ਰਿਹਾ ਸੀ, ਲੇਕਿਨ ਇੱਕ ਯਹਾਂ ਪਰ ਮਜ਼ਾ ਨਹੀਂ ਕੁਛ ਆਇਆ, ਕੁਛ ਪਤਾ ਨਹੀਂ ਲੱਗਾ ਗਾਣਾ ਕਦੋਂ ਖਤਮ ਹੋ ਗਿਆ ਕਦੋਂ ਸ਼ੁਰੂ ਹੋ ਗਿਆ, ਕੁਛ ਪਤਾ ਨਹੀਂ, ਬਸ ਠੀਕ ਹੈ, ਭੁੱਲ ਭੁਲਈ ਹੈ, ਭੁੱਲ ਭੁਲਈ ਹੈ। ਜਿੱਦਾਂ ਦਾ ਗਾਣਾ ਹੁੰਦਾ ਲਿਆਕਤ ਉਦਾਂ ਦਾ ਮੂਡ ਬਣਾਇਆ ਕਰ, ਉਦਾਂ ਦਾ ਗਾਇਆ ਕਰ, ਹੈ ਨਾ, ਜਿੰਨਾ ਚਿਰ ਤੁਹਾਡੇ 'ਚ ਨਹੀਂ ਆਉਂਦੀ ਉਹ ਫੀਲ ਤਾਂ ਗਾਣੇ ਦਾ ਸਵਾਦ ਨਹੀਂ ਆਉਂਦਾ। ਗਾਣਾ ਤਾਂ ਠੀਕ ਗਾ ਰਿਹਾ ਸੀ ਪਰ ਡੱਲ ਬਹੁਤ ਸੀ। ਥੈਂਕ ਯੂ। ਠੀਕ ਹੈ, ਕੋਸ਼ਿਸ਼ ਕੀਤੀ ਬਹੁਤ ਅੱਛੀ, ਪਰ ਗਾਣਾ ਭੰਗੜੇ ਵਾਲਾ ਸੀ, ਮੈਂ ਵੀ ਉਹ ਦੇਖ ਰਿਹਾ ਸੀ, ਤੂੰ ਡਾਂਸ ਬਿਲਕੁਲ ਨਹੀਂ ਕੀਤਾ।
गाना ही नच टप के गाने वाला सी तो हर कंट्री के ऐसा बजा कोई गोरिया गोरे कोई रहे नहीं नचण तो उन्होंने मेरे गाना ही याद हो गया गोरिया गोरिया गॉड ब्लैस जो तू मेहनत होर करो मेरा भी गुड लक थैंक यू सो मच भाजी थैंक यू लियाकत प्लीज टेक योर सीट मित्रों व्याले गीतां वाला मुकाबला चलता पाया जी तो सत कंटेस्टेंट्स की परफॉर्मेंसिज आप वेख चुके हैं तो तीन की अजे वारी आनी बाकी है तो बारी दे विचों किदां दा जलवा सानू दिखाणगे तो व्याह दा किहड़ा रंग पेश करनगे अपनी गायकी दे जरिए आप वेखांगे जरूर पर वेला एक प्यारी जी निक्की जी कादा जी ब्रेक दा हो गया सो मिलते हैं आपां ब्रेक तो बाद कहिंदे कुड़ियां तां चिड़ियां ने ये चिड़ियां दे पर नहीं हुंदे पेके हुंदे सहुरे हुंदे पर कुड़ियां दे घर नहीं हुंदे 1 2 3 4 रखो सुर जरा सुर रखो जी मैं क्या वेलकम बैक है जी ते मंच साडा सुरताल नाल बैक है जी ते है सुरताल वाली अत वॉइस ऑफ पंजाब सीजन 7 ते साडे शो दे को प्रेजेंटर ने जी सिबाका वेद शक्ति एंड पॉन्ड्स पावर्ड बाय न्यूट्री प्राइड रिफाइंड सोयाबीन ऑयल एंड गोदरेज नंबर 1 दोस्तों सेमीफाइनल्स दा दूसरा मुकाबला चलता पिया ते वेडिंग सॉन्ग्स राउंड है ते वारी हुण हैगी जी 8वें कंटेस्टेंट दी सो जोरदार ताड़ियां जी निक्की जी आ रही है रितु सशिकाल रितु सशिकाल सर सशिकाल सर रितु गाना केड़ा गा रहे हो आले माय साम कुंजी नरेंद्र बीबा जी दा आहा गुड लक ऑल द बेस्ट
रितु ठीक हो? हाँ जी सर। गुरमीत भाजी थोड़े कमेंट्स तो शुरुआत कर दें जी। हाँ जी रितु, थोड़ा जो हस्की वॉइस जो गाना गाते हो ना उदो कितने कितने सुर लूज होता बहुत चांसिस होंगे है तो काफ़ी कंट्रोल करके गाना पैंता है तो कोशिश तुसी कीती है लेकिन कितने कितने लेकिन थोड़ा फील बहुत अच्छा है। थैंक यू। थैंक यू सर। थैंक यू भाजी। क्लियर भाजी टाइम स्टार्ट्स नाउ। रितु अच्छा सी बहुत अच्छा सीगा स्थाई बहुत अच्छी सी लेकिन अंतरियां दी शुरुआत थोड़ी जी उस सुर तो वीक सीगी लेकिन कुल मिला के अच्छा सीगा फील अच्छी सीगी एफर्ट तुसी अच्छा कीता। गॉड ब्लेस। थैंक यू सर। थैंक यू जी। सलीम भाजी। रितु सुरीली कुड़ी है सुरीला गाँदी है अज भी इन्हें सुरीला ही गाया है तो एक दो जगह मैनू एक तो एंडिंग जो एंड होया उदों एक सुर खराब लगा छोटा जहा बाकी अंतरे विच भी थोड़ा बहुत सीगा झोल कोई गल नहीं पर मैनू अच्छा लगा कुल मिला के परफॉर्मेंस थोड़ी ठीक सी। गॉड ब्लेस। थैंक यू सर। लैंबर भाजी जिदा कि एक सैड सोंग सॉर्ट ऑफ कह लो या इमोशनल सोंग्स कह लो वह भी एक विआह दे वेड़े का हिस्सा होंगे ने जी तो किदा का लग्या इमोशनल भी हो गए सिरे तो एक विच मैनू लफ्ज़ नहीं है मेरे को यहो जहाँ असी भी नहीं गा सकते जो जहाँ तू गाया रितु तेरे छोटी जी उम्र के तू बहुत अच्छा सुर तो बहुत अच्छी तू कोशिश कर रही है परमात्मा तेनों बहुत अगे ले जाए। गॉड ब्लेस। थैंक यू जी। किटू भाजी मैनू कुछ लाइन याद आ रही हैं कहिंदे कुड़ियां तां चिड़िया ने ये चिड़िया के पर नहीं होंदे पेके होंदे सहुरे होंदे पर कुड़ियां दे घर नहीं होंदे। सो एक ऐसा टॉपिक गाया रितु ने जिदे नाल मन भरना स्वाभाविक है पर वधिया गाया वेरी गुड पुत्र शाबाश। थैंक यू सर। थैंक यू रितु। थैंक यू सो मच ते प्लीज टेक योर सीट। थैंक यू सर। मुकाबले हूँ अगे वधाउने जी ते वारी है नौवे कंटेस्टेंट दी जोरदार ताड़ियां जी लंबा लंजा मुंडा आ रहा साडा अमरजीत। सो अमरजीत सिंह व्याले गीतां दा मुकाबला किहड़ा गीत तैयार किया? बलकार सिद्धू जी का जी मुंडा अपने विआह दे विच नचदा फिर। आहा हा हा क्या बात है ट्रेडमार्क गीत है विआह दा ये। सो गुड लक ऑल द बेस्ट। थैंक यू। थैंक यू जी। थैंक यू सारे का जजेस तो पुछते हैं कि गाना उन्होंने किदा का लग्या। लैमर भाजी गाना बहुत बढ़िया भाई क्या बात है चकते फटे मुंडिया
इदा ही खुल के गाया करो डांस नाल चंगा लगता क्योंकि गाना ही योजा तू माहौल भी योजा बनाता इंजॉय किया भाई मैं तारा जी थैंक यू भाजी ते सलीम भाजी बहुत सोहना चक दे फटे ठीक है सर चक दे फटे नपती किली सवेरे जलंधर शाम नू दिल्ली थैंक यू भाजी गुरमीत भाजी 20 सेकेंड्स एंड हियर वी गो लो जी किट्टू भाजी का गाना बनाया तो बलकार सिद्धू साहब का गाया जो पूरी दुनिया से छाया रहा गाना पहले ताली मारो फटाफट टाइम बहुत घट है हाँ जी ते हाँ जी ते उस तो बाद आइए गल करिए अमरजीत दी अमरजीत बहुत अच्छा गाया एनर्जी बहुत वधिया सी गुड सी स्टेज परफॉर्मेंस वधिया सी सुर थोड़ा बहुत इधर उधर गया कोई गल नहीं इग्नोर टेंशन थैंक यू वेरी गुड मतलब टेंशन नहीं लैनी कंप्लीट आप कर दें उ क्लीयर भाजी अमरजीत सिंह हाँ जी सर अच्छा सी यार बहुत वधिया क्या बात है अच्छी गलबात ब्याह का बड़ा चा यार तेन अपने ब्याह आप ही नची जाता ना बहुत अच्छा सी जिदा का गाने का मूड से उदा तुम गाया निभाया अच्छा सी सुर भर गए ये नहीं कि बिल्कुल सुर च गाया सुर काफ़ी जगह गए हैं तो अगे तो ध्यान रखना सुरों भी पकड़े रखना ठीक है जी पर मैं एक गल कहनी चाहना किट्टू भाजी साडे लिए भी इदा के गाने बना दिया करो तो अज सा एक फरमायश है ये गाने की सताई तुम गाओ लो जी नौ जने की वारी आ चुकी है ते हाले एक दी वारी आनी बाकी है मित्रो सब दी वारी आएगी सब दे रिश्ते करावांगा सब दे घर वसावांगा ओ तू फेर आ गया यार ले खानदानी विचोले नु ना थोड़ी इज्जत ना बुलाओ नाम है मेरा शादी लाल विचोला मैं रखदा नहीं कोई ओला अच्छा ओ शादी लाल विचोले चल तू आ गया यार मेनू ए दस फिर साडे लियाकत वाली गोरी दा की बनया ओहो मैं गोरी दी फोटो लैण गया सी दफ्तर आहा ते मैं तुहानू पहला ही दस्या वी रंग ते ओदा लियाकत वाला ही आ नाम दी गोरी आ मैं फोटो लैण दफ्तर गया दफ्तर जाके हजे मैं एंटर ही होया सामने गोरी बैठी हुई ओए होए हैं ते सामने पीटीसी चैनल चल रहा ते नाल दे नाल लियाकत दी परफॉर्मेंस चल रही ते मैं उहनू दिखाता मैं क्या आ मुंडा आ जिहदे नाल तेरा रिश्ता कराउणा हाँ मेरी गल सुन गल सवाह बन गई ओ भाजी मैनू ते काटा पै गया स्यापा पै गया उन्हें अपनी फीस भी वापस ले ली अपनी फोटो भी वापस ले ली कहिंदी वी एना मेरा हुसन ते एनी मेरे च नजाकत मेरे लिए तुहानू आही लब्भा लियाकत भाजी ये अपने वसों बाहर है गेम जे तुसी कहो तां इक ते जज दा करवा सकदे आ इहनां दा करवा दईए कंट क्लियर भाई दा हाँ हाँ जदों आउणी ओदी डोली तंग गलियां दे थाणी तंग गलियां च डोली वाली कार फस जानी ओ फसी कार च सुनाऊ लाड़ा अपना ए गीत जे तू समझे ता मोती जे ना समझे ता पानी ओए शादी लाल विचोले तेरे पैणिया पोले पोले मेरी गल सुनो कलाकारां ते ऐ टिचरां नहीं करी दिया हुंदियां ओ क्यों नहीं टिचरां करी दियां यार असीं वी ते कलाकार आ ਸਾਨੂੰ ਲੋਕੀ ਇੰਨੀਆਂ ਟਿਚਰਾਂ ਕਰਦੇ ਆ ਆਪਾਂ ਨੀ ਗੁੱਸਾ ਕਰਦੇ ਨਾ ਤੂੰ ਕਹਦਾ ਕਲਾਕਾਰ ਓਏ ਓ ਛੱਡੋ ਜਨਾਬ ਪੈਕੇਜ ਡੀਲ ਦਿੰਨੇ ਆ ਪੈਕੇਜ ਡੀਲ ਜਿਹੜੀ ਕੁੜੀ ਦਾ ਰਿਸ਼ਤਾ ਸਾਡੇ ਥਰੂ ਹੁੰਦਾ ਨਾ ਉਹਦੇ ਵਿਆਹ 'ਚ ਜਾ ਕੇ ਸਿੱਖਿਆ ਫਰੀ ਪੜੀ ਦੀ ਆ ਤੇ ਉਹ ਵੀ ਪੁਰਾਣੇ ਸਟਾਈਲ 'ਚ ਨਹੀਂ ਅੱਜ ਕੱਲ ਦੇ ਰੈਪ ਸਟਾਈਲ 'ਚ ਰੈਪ ਸਟਾਈਲ 'ਚ ਅੱਛਾ ਐਡੀ ਗੱਲ ਹੈ ਤਾਂ ਚੱਲ ਇਦਾਂ ਕਰ ਤੂੰ ਸੋਚ ਵੀ ਤੂੰ ਕਿਸੇ ਦਾ ਰਿਸ਼ਤਾ ਕਰਾਇਆ ਕਿਸੇ ਕੁੜੀ ਦਾ ਹੈ ਤੇ ਉਹਦੇ ਲਈ ਸਿੱਖਿਆ ਪੜੇਗਾ ਤਾਂ ਕਿੱਦਾਂ ਪੜੇਗਾ ਕੀ ਕਹੇਗਾ ਬਿਲਕੁਲ ਰੈਪ ਸਟਾਈਲ 'ਚ ਇੱਕ ਮਿੰਟ ਮੈਂ ਜਰਾ ਰੈਪ ਵਾਲਾ ਸੁਰ ਸੈੱਟ ਕਰ ਲਾਂ ਯੇ ਸੋਰੇ ਜਾਂਦੀ ਏ ਕੁੜੀਏ ਤੈਨੂੰ ਕੀ ਸਮਝਾਵਾਂ ਮੈਂ ਤੇਰੇ ਨਾ ਵਸਣ ਦੇ ਚਾਲੇ ਦੱਸ ਕੀ ਪਰਦੇ ਪਾਵਾਂ ਮੈਂ ਦੱਸ ਵਜੇ ਉੱਠ ਕੇ ਨਾ ਮੰਗੀ ਬੈੱਡ ਟੀ ਨੀ ਦਿਓਰਾਂ ਤੇ ਜੇਠਾਂ ਨਾਲ ਨਾ ਹੋਵੀਂ ਬਹੁਤੀ ਫ੍ਰੀ ਨੀ ਸੱਸ ਸੋਰੇ ਮੂਰੇ ਨਾ ਕਰੀ ਹੀ ਹੀ
ਪਤੀ ਦੀ ਤੂੰ ਸੇਵਾ ਵਾਲਾ ਕਰ ਦਵੀ ਐਂਡ ਨੀ ਜਾਂਦੇ ਆਹੀ ਭੁੱਲ ਜਾਵੀ ਸਾਰੇ ਬੋਏਫ੍ਰੈਂਡ ਨੀ ਜਾਂਦੇ ਆਹੀ ਕਿਤੇ ਤੂੰ ਮੇਕਅਪ ਨਾ ਲਾ ਲਈ ਪਹਿਲੇ ਦੇ ਨੀ ਆਪਣਾ ਕਿਤੇ ਬੰਦਾ ਨਾ ਮਰਵਾ ਲਈ ਉਹ ਇੰਨਾ ਹੀ ਮੈਂ ਪੜ੍ਹਿਆ ਤੇ ਇੰਨਾ ਹੀ ਮੈਂ ਲਿਖਿਆ ਯਾਰ ਦੋਸਤੀ ਭੈਣੇ ਤੈਨੂੰ ਇਹੀ ਮੇਰੀ ਸਿੱਖਿਆ ਸਹੁਰੇ ਜਾਂਦੀ ਕੁੜੀਏ ਤੈਨੂੰ ਇਹੀ ਮੇਰੀ ਸਿੱਖਿਆ ਸ਼ਾਦੀ ਲਾਲ ਦੇ ਵੱਲੋਂ ਤੈਨੂੰ ਇਹੀ ਮੇਰੀ ਸਿੱਖਿਆ ਬੋਲੋ ਉਹ ਕੈਸੀ ਗੱਲਬਾਤ ਹੈ ਯਾਰ ਗੱਲਬਾਤ ਹੈਗੀ ਆ ਪਰ ਇਹ ਕਹਿ ਕੇ ਤੈਨੂੰ ਸੱਚੀ ਮੰਨ ਜਾਵਾਂਗੇ ਆਪਾਂ ਹੈ ਅੱਛਾ ਤੇ ਜੇ ਤੂੰ ਇੱਕ ਮੁੰਡੇ ਦਾ ਵਿਆਹ ਕਰਾਤਾ ਦੱਸੋ ਆਪਾਂ ਦੇ ਮਾੜੇ ਤੋਂ ਮਾੜਾ ਤਗੜੇ ਤੋਂ ਤਗੜਾ ਰਿਸ਼ਤਾ ਕਰਾਤਾ ਸੋਚ ਲਾ ਪੱਕੀ ਗੱਲ ਹੈ ਪੱਕੀ ਗੱਲ ਹੈ ਯਾਰ ਪੇਸ਼ ਕਰੋ ਮੁੰਡਾ ਤੁਸੀਂ ਲੈ ਵੀ ਸੁਰਤਾਲ ਵਾਲੀ ਉਹਦੀ ਹੈਗੀ ਆ ਤਿੱਖੀ ਧਾਰ ਤੇ ਮੈਂ ਕਿਹਾ ਉੱਠ ਮੇਰੇ ਯਾਰ ਮੋਹਿਤ ਮਲਹਾਰ ਉੱਠ ਉੱਠ ਮਾੜਾ ਜਾ ਕਿਹੜਾ ਮੋਹਿਤ ਮਲਹਾਰ ਖੜਾ ਹੋ ਅੱਛਾ ਉਹ ਬਾਜੀ ਇਹਦਾ ਰਿਸ਼ਤਾ ਕਰਾਉਣਾ ਆਹੋ ਓਹੋ ਬਾਜੀ ਇਹਦਾ ਰਿਸ਼ਤਾ ਨਾ ਕਰਵਾਓ ਜਿੱਦਾਂ ਦਾ ਹੈਗਾ ਇਹਨੂੰ ਗਲੂਕੋਜ਼ ਲਵਾਓ ਨਾਲੇ ਭਾਜੀ ਤੁਸੀਂ ਵਿਆਹ ਦੀ ਗੱਲ ਕਰਦੇ ਹੋ ਆ ਜਿੰਨੀ ਇਹਦੀ ਸਿਹਤ ਆ ਮੈਨੂੰ ਲੱਗਦਾ ਇਹਦੇ ਕੋਲ ਮੰਗਣੀ ਨਹੀਂ ਹੋਣੀ ਭਾਜੀ ਮੇਰੀ ਗੱਲ ਸੁਣੋ ਆਪਣੇ ਹੱਥ ਜੁੜੇ ਆ ਆਪਣਾ ਰਿਸ਼ਤਿਆਂ ਦਾ ਕੰਮ ਹੈ ਨੀ ਭਾਜੀ ਏਦਾਂ ਦੇ ਰਿਸ਼ਤੇ ਬੇਇੱਜ਼ਤੀ ਕਰਾਉਣੀ ਭਾਜੀ ਨਾ 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 ਅੱਜ ਤੋਂ ਹੀ ਆਪਾਂ ਰਿਸ਼ਤਿਆਂ ਦਾ ਕੰਮ ਛੱਡਿਆ ਭਾਜੀ ਆਪਣਾ ਰਿਸ਼ਤਿਆਂ ਦਾ ਕੰਮ ਹੈ ਹੀ ਨਹੀਂ ਆਪਣਾ ਪੈਂਚਰਾਂ ਦਾ ਕੰਮ ਆ ਭਾਜੀ ਉਹ ਨਹੀਂ ਨਹੀਂ ਪੈਂਚਰ ਪੁੰਚਰ ਲਵਾਉਣਾ ਹੋਇਆ ਤਾਂ ਦੱਸਿਓ ਭਾਜੀ ਏਦਾਂ ਦੇ ਰਿਸ਼ਤੇ ਮੈਂ ਨਹੀਂ ਉਹ ਭਾਜੀ ਆਪਾਂ ਕੰਮ ਕਰਾ ਲੈ ਮੁੰਡੇ ਦਾ ਬਣ ਜਾ ਨਾ ਭਾਜੀ ਫੋਟੋ ਬਾਅਦ ਚ ਕੀ ਕਰਦਾ ਕਰਦਾ ਭਾਜੀ ਮੈਂ ਕੰਮ ਛੱਡਿਆ ਉਹ ਦੱਸਦਾ ਸੀ ਵਈ ਮੋਹਿਤ ਮਲਹਾਰ ਤੇਰੇ ਕਰਕੇ ਇੱਕ ਵਾਰ ਤਾੜੀਆਂ ਮੁੰਡੇ ਲਈ ਮਾਰ ਦਿਓ ਬੇਸ਼ੱਕ ਗਲੂਕੋਜ਼ ਤੇ ਵਿਆਹ ਕਰਾ ਲਏ ਪਰ ਗੱਲ ਇੰਨੀ ਹੈ ਕਿ ਇਹਦੇ ਕਰਕੇ ਸ਼ਾਦੀ ਲਾਲ ਤਾਂ ਇੱਥੋਂ ਨੱਠ ਗਿਆ ਟੈਨਸ਼ਨ ਦੂਰ ਹੋ ਗਈ ਨਹੀਂ ਤਾਂ ਸਾਰਿਆਂ ਦੇ ਵਿਆਹ ਵਿਊ ਕਰਾਉਣ ਦੀਆਂ ਸਕੀਮਾਂ ਉਹਨੇ ਲੜਾ ਲੈਣੀਆਂ ਸੀਗੀਆਂ ਪਰ ਹਾਲੇ ਇੱਕ ਕੰਟੈਸਟੈਂਟ ਦੀ ਵਾਰੀ ਆਉਣੀ ਬਾਕੀ ਆ ਜੀ ਸਾਡੇ ਵਿਆਹ ਵਾਲੇ ਗੀਤਾਂ ਦੇ ਮੁਕਾਬਲੇ ਦੇ ਵਿੱਚ ਤੁਸੀਂ ਕਿੱਧਰ ਨਾ ਜਾਇਓ ਜੀ ਹਾਂਜੀ ਸਾਰੇ ਰਲ ਕੇ ਇੱਕ ਵਾਰ ਫਿਰ ਤੋਂ ਘੈਂਟ ਜੀ ਬ੍ਰੇਕ ਲੈਣੀ ਆ ਮਿਲਦੇ ਆਪਾਂ ਬ੍ਰੇਕ ਤੋਂ ਬਾਅਦ ਪਿਛਲੇ ਐਪੀਸੋਡ 'ਚ ਅਸੀਂ ਇੱਕ ਫੈਸਲਾ ਲਿਆ ਸੀ ਤੁਹਾਨੂੰ ਯਾਦ ਹੈ ਅੱਜ ਵੀ ਇੱਕ ਅਸੀਂ ਫੈਸਲਾ ਲੈਣਾ ਦੱਸੋ ਜੀ ਸਲੀਮ ਜੀ ਅੱਜ ਫੈਸਲਾ ਹੈ ਕਿ ਇੱਕ ਦੀ ਜਗ੍ਹਾ ਦੋ ਘਰ ਜਾਣ ਜਾਣਿਆਂ ਦੀ ਘਰ ਵਾਪਸੀ ਹੋਈ ਵੈਲਕਮ ਬੈਕ ਹੈ ਤੇ ਮੰਚ ਸਾਡਾ ਸੁਰਤਾਲ ਨਾਲ ਬੈਕ ਹੈ ਤੇ ਹੈ ਸੁਰਤਾਲ ਵਾਲੀ ਹੱਥ ਵਾਇਸ ਆਫ ਪੰਜਾਬ ਸੀਜ਼ਨ 7 ਆਰ ਸ਼ੋਜ਼ ਐਂਕਰ ਐਂਡ ਜੱਜਿਸ ਵਾਰਡਰੋਬ ਬਾਏ ਆਸ਼ੀਰਵਾਦ ਰਾਜੌਰੀ ਗਾਰਡਨ ਡੈਲੀ ਐਂਡ ਜਹਾਂਪਨਾ ਮੇਲ ਕੰਟੈਸਟੈਂਟ ਸਟਾਈਲ ਪਾਰਟਨਰ ਪੈਂਟਲੂਨਸ ਫੀਮੇਲ ਕੰਟੈਸਟੈਂਟਸ ਵਾਰਡਰੋਬ ਬਾਏ ਸੀਓ ਬ੍ਰਾਈਡਲ ਸਟੂਡੀਓ ਲੁਧਿਆਣਾ ਐਂਡ ਜੈਨਕੋ ਤੇ ਮਿੱਤਰੋ ਸਾਡਾ ਵਿਆਹ ਵਾਲੇ ਗੀਤਾਂ ਵਾਲਾ ਅੱਜ ਦਾ ਮੁਕਾਬਲਾ ਆਲਮੋਸਟ ਆਪਣੇ ਅੰਤਿਮ ਪੜਾਅ ਵੱਲ ਵੱਧ ਰਿਹਾ ਜੀ ਪਰ ਲਾਸਟ ਕੰਟੈਸਟੈਂਟ ਦੀ ਵਾਰੀ ਆਉਣੀ ਬਾਕੀ ਹੈ ਅਤੇ ਉਸ ਤੋਂ ਬਾਅਦ ਸਾਡੇ ਜੱਜਿਸ ਫੈਸਲਾ ਕਰਨਗੇ ਕਿ ਇਹਨਾਂ 10 ਕੰਟੈਸਟੈਂਟ ਵਿੱਚੋਂ ਕਿਹੜੇ ਇੱਕ ਦੀ ਅੱਜ ਘਰ ਵਾਪਸੀ ਹੋਏਗੀ ਸੋ ਫਿਲਹਾਲ ਆਪਾਂ ਇੰਜੋਏ ਕਰਦੇ ਹਾਂ ਜੀ ਲਾਸਟ ਕੰਟੈਸਟੈਂਟ ਦਾ ਗੀਤ ਜ਼ੋਰਦਾਰ ਤਾੜੀਆਂ ਤਨਿਸ਼ਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਨਿਸ਼ਕ ਲਾਸਟ ਕੰਟੈਸਟੈਂਟ ਹੈਗੇ ਹੋ ਸਾਰਿਆਂ ਦੇ ਗੀਤ ਤੁਸੀਂ ਸੁਣ ਵੀ ਲਏ ਨੇ ਸੋ ਤੁਹਾਡਾ ਗੀਤ ਕਿਹੜਾ ਹੈਗਾ ਵਿਆਹ ਵਾਲਾ ਗੀਤ ਡੋਲੀ ਆਹ ਹਾ ਹਾ ਲਾਸਟ ਗੀਤ ਹੈ ਜੀ ਡੋਲੀ ਵਿਆਹ ਵਿੱਚ ਵੀ ਲਾਸਟ ਜਿਹੜੀ ਇੱਕ ਰਸਮ ਕਹਿ ਲਓ ਜਾਂ ਕਹਿ ਸਕਦੇ ਹਾਂ ਕਿ ਡੋਲੀ ਤੁਰਦੀ ਹੈ ਅਤੇ ਇਮੋਸ਼ਨਲ ਮਾਹੌਲ ਹੋ ਜਾਂਦਾ ਪਰ ਇੱਥੇ ਇਮੋਸ਼ਨਲ ਨਹੀਂ ਹੋਣ ਦੇਣਾ ਆਪਾਂ ਨੇ ਗੀਤ ਇੰਜੋਏ ਕਰਨਾ ਸਾਰਿਆਂ ਨੇ ਤਾੜੀਆਂ ਜੀ ਕੁੜੀ ਲਈ ਅੱਜ ਦੀ ਦਿਹਾੜੀ ਰੱਖ ਬੋਲੀ ਨਿਵਾਰਵਾ ਬਾਪ ਦੀ ਬਣ ਕੇ ਗੋਲੀ ਨਿਵਾ ਅੱਜ ਦੀ ਦਿਹਾੜੀ ਰੱਖ ਬੋਲੀ ਨਿਵਾਰਵਾ ਬਾਪ ਦੀ ਬਣ ਦਿਹਾੜੀ ਰੱਖ ਆ
ਤਨਿਸ਼ਕ ਸਾਡੇ ਅੱਜ ਦੇ 10ਵੇਂ ਪਰਫੋਰਮਰ ਸੀਗੇ ਜੀ ਸੋ ਕਲੀਅਰ ਭਾਅ ਜੀ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਕਮੈਂਟਸ ਦੀ 20 seconds ਕੀ ਕਹਿਣਾ ਚਾਹੋਗੇ ਤਨਿਸ਼ਕ ਸੁਰ ਕਾਫੀ ਅੱਜ ਗਿਆ ਬੇਜਾਨ ਜਿਹਾ ਗਾਣਾ ਲੱਗਿਆ ਪਤਾ ਨਹੀਂ ਹੋ ਸਕਦਾ ਕਈ ਵਾਰੀ ਆਦਮੀ ਭਾਵੁਕ ਹੋ ਜਾਂਦਾ ਉਹਦੇ ਨਾਲ ਫਿਰ ਗੜਬੜ ਹੋ ਜਾਂਦੀ ਸੁਰ ਦੀ ਪਰ ਕਾਫੀ ਜਗ੍ਹਾ ਕਿਉਂਕਿ ਇਹਨਾਂ 'ਤੇ ਅਸੀਂ ਆਸ ਜ਼ਿਆਦਾ ਰੱਖਦੇ ਕਿਉਂਕਿ ਅੱਛੇ ਸਿੰਗਰ ਨੇ ਅੱਛਾ ਗਾਉਂਦੇ ਨੇ ਹਮੇਸ਼ਾ ਅਤੇ ਅੱਜ ਮੈਨੂੰ ਉਹ ਕਮੀ ਥੋੜ੍ਹੀ ਜਿਹੀ ਨਜ਼ਰ ਆਈ ਕਿ ਸੁਰ ਕਾਫੀ ਜਗ੍ਹਾ ਗਿਆ ਤੁਹਾਡਾ ਚਲੋ ਅੱਗੇ ਤੋਂ ਉਸ ਗੱਲ ਦਾ ਧਿਆਨ ਰੱਖੋ ਥੋੜ੍ਹਾ ਜਿਹਾ ਗੁਰਮੀਤ ਭਾਅ ਜੀ ਤੁਹਾਡੇ ਕਮੈਂਟਸ ਐਂਡ ਹਾਂਜੀ ਉਹ ਫੀਲ ਦੇ ਚੱਕਰ 'ਚ ਸੁਰ ਬਿਲਕੁਲ ਹੀ ਅੱਜ ਇੰਨਾ ਕੁ ਬੇਸਵਾਦਾ ਜਿਹਾ ਸੁਰ ਹੋ ਗਿਆ ਨਾ ਕਿ ਉਹ ਕਈ ਵਾਰੀ ਉਹ ਜਦੋਂ ਸੁਰ ਖਰਾਬ ਹੋਏ ਤਾਂ ਤੁਸੀਂ ਇੰਨਾ ਸਹੀ ਜਜਮੈਂਟ ਵੀ ਨਹੀਂ ਕਰ ਸਕਦੇ ਨਾ ਕਿ ਸੁਰ ਹੀ ਇੰਨਾ ਹਰ ਲਾਈਨ 'ਚ ਸੁਰ ਕਦੀ ਚੜ੍ਹ ਰਿਹਾ ਕਦੀ ਉਤਰ ਰਿਹਾ ਕਦੀ ਟਰਾਈ ਮਤਲਬ ਤੁਸੀਂ ਸਟਰਗਲ ਕਰ ਰਹੇ ਹੋ ਸੁਰ 'ਤੇ ਪਹੁੰਚਣ ਦੀ ਅਤੇ ਬਹੁਤ ਅੱਛੇ ਸਿੰਗਰ ਹੋ ਅੱਛਾ ਫੀਲ ਵੀ ਦਿੰਦੇ ਹੋ ਸਮਝ ਨਹੀਂ ਆਇਆ ਅੱਜ ਕੁਛ ਕਿ ਵਟਸ ਦਾ ਰੀਜ਼ਨ ਚਲੋ ਦੇਖਦੇ ਜੀ ਥੈਂਕ ਯੂ ਭਾਅ ਜੀ ਸਲੀਮ ਭਾਅ ਜੀ ਤਨਿਸ਼ਕ ਹਾਂ ਸਮਾਈਲ ਕਰੋ ਕੋਈ ਗੱਲ ਨਹੀਂ ਸਟਾਰਟ ਬਹੁਤ ਅੱਛਾ ਸੀ ਅੱਜ ਦੀ ਦਿਹਾੜੀ ਉਹ ਬਹੁਤ ਅੱਛਾ ਸੀ ਉਹ ਜਦੋਂ ਉਹਨਾਂ ਨਾਲ ਬਣ ਕੇ ਗੋਲੀ ਨਹੀਂ ਮਾਂ ਹੈ ਨਾ ਉੱਥੇ ਥੋੜ੍ਹਾ ਜਿਹਾ ਮੈਨੂੰ ਘਟਿਆ ਲੱਗਿਆ ਇੱਕ ਪਹਿਲੇ ਅੰਤਰੇ ਦੀ ਪਹਿਲੀ ਲਾਈਨ ਮੇਰੀ ਡੋਲੀ ਨੂੰ ਲੱਗੜੇ ਹੀਰੇ ਨਹੀਂ ਮਾਂ ਹੈ ਨਾ ਉਹ ਵੀ ਮੈਨੂੰ ਥੋੜ੍ਹੀ ਜਿਹੀ ਘਟੀ ਲੱਗੀ ਅਤੇ ਫੀਲ ਬਹੁਤ ਅੱਛਾ ਸੀ ਫੀਲ ਦੇ ਵਿੱਚ ਸੁਰ ਹੋਰ ਜ਼ਿਆਦਾ ਰਮਿਆ ਹੁੰਦਾ ਅਤੇ ਹੋਰ ਜ਼ਿਆਦਾ ਮਜ਼ਾ ਆਉਣਾ ਸੀ ਮਿਹਰਬਾਨੀ ਥੈਂਕ ਯੂ ਜੀ ਲੈਂਬਰ ਭਾਅ ਜੀ ਜੱਜ ਸਾਹਿਬ ਬੈਠੇ ਆ ਡਿਸੀਜ਼ਨ ਇਹਨਾਂ ਨੇ ਲੈਣਾ ਮੈਨੂੰ ਤਾਂ ਅੱਛਾ ਲੱਗਾ ਫੀਲ ਲੱਗਾ ਕਿਉਂਕਿ ਬਰੀਕੀਆਂ ਫੜਨ ਵਾਲੇ ਜੱਜ ਬੈਠੇ ਆ ਸੋ ਕੋਸ਼ਿਸ਼ ਕਰਨੀ ਆ ਗਾਂ ਵੀ ਜੇ ਅੱਜ ਗਲਤੀ ਕੋਈ ਹੋਈ ਆ ਕੱਲ੍ਹ ਨਾ ਹੋਵੇ ਤਾਂ ਕੋਸ਼ਿਸ਼ ਕਰੋ ਗੋਡ ਬਲੈਸ ਯੂ ਤਰੱਕੀਆਂ ਕਰੋ ਜੀ ਥੈਂਕ ਯੂ ਜੀ ਕਿੱਟੂ ਭਾਅ ਜੀ ਕੀ ਕਹਿਣਾ ਚਾਹੋਗੇ ਕੋਈ ਗੱਲ ਨਹੀਂ ਵੈਰੀ ਗੁੱਡ ਹੋਰ ਮਿਹਨਤ ਕਰ ਲਓ ਅਤੇ ਤਨਿਸ਼ਕ ਤੁਸੀਂ ਇੱਥੇ ਖੜ੍ਹੇ ਰਹੋ ਕਿਉਂਕਿ ਇਹ ਆਖਰੀ ਕੰਟੈਸਟੈਂਟ ਸੀਗੇ ਅੱਜ ਦੇ ਮੁਕਾਬਲੇ ਦੇ ਅਤੇ ਇਹਦੇ ਨਾਲ ਹੀ ਮੈਂ ਚਾਹੁੰਦਾ ਕਿ ਬਾਕੀ ਜਿਹੜੇ 9 ਜਣੇ ਉਹ ਵੀ ਮੰਚ 'ਤੇ ਆ ਜਾਓ ਜੀ ਕਿਉਂਕਿ ਰਿਜ਼ਲਟਸ ਦੀ ਵਾਰੀ ਆਉਣ ਜਜੇਜ਼ ਹੁਣ ਸਭ ਦੀਆਂ ਨਜ਼ਰਾਂ ਤੁਹਾਡੇ ਵੱਲ ਹੈ ਜੀ ਕਿਉਂਕਿ ਅੱਜ ਦੇ ਇਸ ਮੁਕਾਬਲੇ ਵਿੱਚ ਐਲੀਮੀਨੇਸ਼ਨ ਵੀ ਹੈਗੀ ਆ ਅਤੇ ਦੱਸੋ ਜੀ ਫਿਰ ਰਿਜ਼ਲਟਸ ਕੀ ਨੇ ਹਾਂਜੀ ਗੁਰਜੀਤ ਜੀ ਜੀ ਭਾਅ ਜੀ ਪਿਛਲੇ ਐਪੀਸੋਡ 'ਚ ਅਸੀਂ ਇੱਕ ਫੈਸਲਾ ਲਿਆ ਸੀ ਤੁਹਾਨੂੰ ਯਾਦ ਹੈ
हाँ जी सलीम जी बिल्कुल 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 किसी ने नहीं एलीमिनेट किया हाँ वह भी एक फैसला सी वधिया खुशी का माहौल सी अज भी एक असी फैसला लेना दसो जी सलीम जी अज फैसला है कि एक दी जगह दो घर जाने जाने दी घर वापसी होएगी ते स्ट्रेट वे आंदे हुण रिजल्ट वो भी फैसला लिया सी ए भी फैसला लिया जी स्ट्रेट वे रिजल्ट ते आंदे पहला नाम मैं अनाउंस कर दूं जड़ा घर जा रहा लियाकत हुसैन सो थैंक यू लियाकत फिलहाल थानू मन छड़ के जाना पैना जी थैंक यू सो मच सिटी ऑडिशन तो लेके स्टूडियो राउंड तक का सफर मेरा बहुत बढ़िया रहा स्टूडियो राउंड दे विच मैं बहुत चंगे कमेंट्स मिले सी और कुछ कहना नहीं है कि तेरा सुर घट गया नहीं है ही नहीं कुछ जे होवे ते तेनू कह दिए स्टैंडिंग ओवेशन ही मिली ते सलीम सर ने नजराना ही मैनू दिता सी वो मूमेंट मेरे सदा याद रहेगी फ्रेंड्स मिले किट्टू सर तो बहुत दूसरा नाम केड़ा जी फिर दूसरा नाम तनिष्क तनिष्क फिलहाल तुम मन छड़ के जाना पैना जी गुड लक फॉर फ्यूचर थैंक यू जी सिटी ऑडिशंस तो लेके हुण तक दा मेरा सफर काफी मेमोरेबल रहा बत्ती बाल के बने रे उत्ते रखनिया मन उड़ नहीं तेरी लम्मी कार दी जे दिलो सच्चा प्यार करदा मेरी सब तो मेमोरेबल परफॉर्मेंस रिश्ते स्पेशल वाली सी ये मेरी छोटी बहन है तनिष्क इन्हें आज बहुत अच्छा गाया जाजिस दे कमेंट्स ते कॉम्प्लीमेंट्स दोनों नूं मैं ध्यान च रख के अपनी सिंगिंग होर इंप्रूव करांगी किट्टू सर ने मैनू बहुत ज़्यादा सिखाया उन्होंने मेरी सिंगिंग इंप्रूव कीती ते कदे भी म्यूजिक नहीं छड़ांगी हमेशा अपनी सिंगिंग नूं इंप्रूव करन दे तरीके लब्बांगी क्या बात है शबनम हमेशा अच्छा गाँदी है पर मैं इधर आना अज कमाल कीता थोड़ा जहा नजराना बनना खुश रहो मालिक तुहानू होर बहुत सारी तरक्की दे बहुत मजा है थैंक यू सो दोस्तों सानू जजमेंट मिल चुकी है जी अज दे मुकाबले दी ते इहदे नाल ही लैंबर हुसैनपुरी भाजी इत्थे पहुंचे भाजी बहुत ही वधिया लग्गिया जी एक बार जोरदार ताड़ियां भाजी लई थैंक यू आप सब दा थैंक यू तुसीं बहुत प्यार दिता सारे ने बड़ा इंजॉय किया अज का दिन मेरे लिए बहुत महत्वपूर्ण है कि मैं सारे के रूबरू होया सारे के दर्शन किए हैं मैं देश विदेश कितने भी बैठा हूँ मैं तुहाडे प्रोग्राम देखता हूँ हूँ जब मैं कनेडा सी ते कनेडा मैं देखिया शो इंग्लैंड सी इंग्लैंड देखिया थैंक यू पूरी टीम का पी टी सी दे चैनल सारे मीडिया का सारे दोस्तों मित्रों का सारे जज साहबान साढ़े भरा ने मेरे म्यूजिशियन साहबान साढ़े बहुत सत्कारयोग ते भाजी मैं इत्थे थोनों थैंक यू कह सकदा पर मैं इत्थे नहीं कहना हैगा कि नहीं इन्हां लई सारे लई जश्न का माहौल हैगा जी ते चाहुंदे आ कि इस जश्न वाले माहौल विच लैंबर हुसैनपुरी भाजी दे होर रंग जमा हो जाण जी जुड़ जाण एक बार जोरदार ताड़ियां भाजी आ जाओ मंच ते तेरी दीद हो गई आज का बेचारे आदि हो गई तेरा देखिया
सुता मैं प्यासी मेरी बाह फड़ के अज मैं बापू ने जगाता तड़के एपिसोड इत्थे कंप्लीट हुंदा ते सानू मिल गए ने जी 8 कंटेस्टेंट्स जिन्हां दरमियान अगला मुकाबला होएगा जबरदस्त ते शानदार। उदन तक लई तुसी रहो खुश ते आबाद ते एक गल रखनी है याद, ए है सुरताल वाली अत वॉइस ऑफ पंजाब सीजन 7। जगा जी सत श्री अकाल।